ਮੈਂ ਦੇਖ ਲਿਆ ਕਿਵੇਂ ਦੰਦ ਕੱਢੀ ਜਾਂਦੀ ਹੈ ਫੋਨ ਦੇਖ ਕੇ। ਵੀ ਤੈਨੂੰ ਐ ਨੀ ਪਤਾ ਵੀ ਘਰ ਚ ਹੋਰ ਵੀ ਕੰਮ ਧੰਦੇ ਪਏ ਨੇ। ਮੈਂ ਤੜਕੇ ਦੀ ਉੱਠ ਜਾਂਦੀ ਹਾਂ, ਮਰਦੀ ਫਿਰਦੀ ਰਹਿੰਦੀ ਵੀ ਤੂੰ ਵੀ ਹੱਥ ਲਾ ਰਿਹਾ ਕਿਸੇ ਕੰਮ, ਹੱਥ ਹੋਈ ਜਾ ਕੇ ਦੇਖ ਲਾ ਕਿੱਦਾਂ ਖਲਾਰਾ ਪਿਆ, ਉਹ ਕਿਹਦੇ ਚੱਕਣਾ ਬਈ। ਜੇ ਤੁਹਾਨੂੰ ਖਲਾਰਾ ਦੇਖ ਗਿਆ ਤੇ ਫਿਰ ਤੁਸੀਂ ਜਾ ਕੇ ਚੱਕ ਲਓ, ਮੈਨੂੰ ਸੁਣਾਉਣਾ ਜ਼ਰੂਰੀ ਹੈ ਇੱਥੇ। ਲੈ ਕਹਿੰਦੀ ਤੁਸੀਂ ਜਾ ਕੇ ਚੱਕ ਲਓ ਬਈ, ਮੈਨੂੰ ਘਰ ਚ ਹੋਰ ਵੀ ਕੰਮ ਹੁੰਦੇ ਨੇ, ਹਜੇ ਕੱਪੜਾ ਲੀੜਾ ਧੋਣਾ ਗਾ, ਰੋਟੀ ਪਾਣੀ ਮੈਂ ਬਣਾਉਂਦਾ, ਜਾ ਕੇ ਕਰ ਲੈ ਨਾ ਤੂੰ ਕੰਮ ਧੰਦਾ, ਤੂੰ ਆਪ ਤਾਂ ਸੱਜੀ ਧੱਜੀ ਬਣ ਕੇ ਐਂ ਬੈਠੀ ਰਹਿੰਦੀ ਹੈ। ਫਿਰ ਤੁਹਾਨੂੰ ਕੀ ਪ੍ਰੋਬਲਮ ਹੈਗੀ, ਮੈਂ ਤਾਂ ਹੁੰਦਾ ਕੰਮ ਗੁੰਮ, ਆਲੋ ਜਾ ਕੇ ਨਾ ਕੰਮ ਕਰ ਲਓ, ਨਾਲੇ ਮੈਨੂੰ ਇੱਥੇ ਸੁਣਾਉਣ ਦੀ ਨਾ ਕੋਈ ਲੋੜ ਨਹੀਂ ਹੈਗੀ। ਨਾ ਹੋਰ ਭਾਈ ਮੈਂ ਕਿਹਨੂੰ ਸੁਣਾਉਣਾ, ਹੁਣ ਜਾ ਕੇ ਤੇਰੇ ਪੇਕਿਆਂ ਨੂੰ ਸੁਣਾਉਣਾ। ਨਾਲੇ ਮੇਰੀ ਗੱਲ ਸੁਣ ਲਾ, ਮੇਰੇ ਨਾਲ ਬਾਹਲਾ ਬੋਲਣ ਦੀ ਲੋੜ ਨਹੀਂ ਹੈਗੀ, ਜਿਹੜਾ ਕੰਮ ਤੈਨੂੰ ਕਹਿਤਾ ਉਹ ਕਰ ਲਿਆ ਕਰ। ਤੇ ਤਾਂ ਐ ਵੀ ਨੀ ਸ਼ਰਮ ਆਉਂਦੀ, ਚਾਦਰ ਦੇਖੀ ਕਾਇ ਇਕੱਠੀ ਕੀਤੀ ਹੋਈ ਆ, ਨਾ ਅੰਦਰ ਝਾੜੂ ਲਾਇਆ ਤਾਂ। ਪਹਿਲੀ ਗੱਲ, ਮੇਰੇ ਪੇਕਿਆਂ ਤੱਕ ਨਾ ਜਾਣ ਦੀ ਕੋਈ ਲੋੜ ਨਹੀਂ ਹੈਗੀ, ਨਾਲੇ ਇਹ ਮੇਰਾ ਕਮਰਾ, ਮੈਂ ਸਾਫ਼ ਕਰਾਂ ਚਾਹੇ ਨਾ ਕਰਾਂ, ਚਾਹੇ ਤੇ ਗੰਦ ਗਿਰਦਾ ਰਹੇ, ਤੁਹਾਨੂੰ ਕੀ ਆ। ਆਹੋ ਤੁਹਾਨੂੰ ਕੀ ਆ, ਤੈਨੂੰ ਤਾਂ ਸ਼ਰਮ ਆਕੜਾ ਹੈ ਨੀ ਨਾ, ਇੱਥੇ ਤਾਂ ਉਦਾਂ ਏਦਾਂ ਹੀ ਸੌਂਦੀ ਰਹੀ ਆਪਦੇ ਪੇਕੇ ਘਰ। ਆ ਦੇਖੀ ਲੈ, ਦੇਖ ਲੈ, ਤੁਹਾਨੂੰ ਦੇਖੇਗੀ ਨਾ, ਬਾਹਰੋਂ ਕੱਪੜਾ ਲਿਆਓ, ਇੱਥੇ ਕਰ ਦੋ ਸਾ, ਮਾਂ ਹੀ ਕੰਮਾਂ ਨੂੰ ਰਹਿ ਗਈ ਆ, ਆ ਕੇ ਪਹਿਲਾਂ ਤੇਰੇ ਕਮਰੇ ਦੇ ਅੰਦਰ ਸਫਾਈਆਂ ਕਰਾਂ, ਰੋਟੀ ਪਾਣੀ ਨਾ ਬਣਾ ਕਰਾਂ। ਗੱਲਾਂ ਮਾਰ ਤੁਸੀਂ ਮੈਂ ਤਾਂ ਨਾ ਜਾਣ ਗਿਆ ਸਾ ਕਰੋ, ਠੀਕ ਆ, ਸਵੇਰੇ ਸਵੇਰੇ ਕਿੱਥੇ ਮੇਰਾ ਦਿਮਾਗ ਖਰਾਬ ਕਰਤਾ ਆ ਕੇ ਇੱਥੇ। ਦੇਖ ਲਾ, ਜੇ ਤਾਂ ਤੂੰ ਇਸ ਘਰ ਦੇ ਵਿੱਚ ਰਹਿਣਾ ਵਾ ਤਾਂ ਤੈਨੂੰ ਮੇਰੇ ਮੁਤਾਬਿਕ ਸਾਰੇ ਘਰ ਦੇ ਕੰਮ ਧੰਦੇ ਕਰਨੇ ਪੈਣੇ ਆ, ਕਿਤੇ ਐ ਨਾ ਸੋਚੀ ਵੀ ਮੈਂ ਇੱਥੇ ਮਹਾਰਾਣੀ ਬਣ ਕੇ ਬੈਠੀ ਰਹੂੰਗੀ ਪਰ ਸਾਰਾ ਠੇਕਾ ਮੈਂ ਨਹੀਂ ਲਿਆ। ਨਹੀਂ ਨਹੀਂ, ਇਸ ਘਰ ਦੇ ਵਿੱਚ ਮਤਲਬ ਕੀ ਆ, ਮੈਂ ਵੀ ਇੱਥੇ ਵਿਆਹ ਕੇ ਆਈ ਆ, ਲੱਗ ਗਿਆ ਪਤਾ ਇਹ ਕਹਿੰਦਾ ਤੇਰਾ ਘਰ ਨਹੀਂ ਹੈਗਾ, ਮੇਰਾ ਵੀ ਘਰ ਆ। ਜੇ ਤੂੰ ਇਸ ਘਰ ਦੇ ਵਿੱਚ ਵਿਆਹ ਕੇ ਆਈ ਆ ਨਾ ਤਾਂ ਫਿਰ ਉਸ ਹਿਸਾਬ ਨਾਲ ਚੱਲ ਵੀ, ਐ ਵੀ ਤੜਕੇ ਫੋਨ ਚੱਕ ਲੈਣੀ ਆ, ਕਦੇ ਇੰਸਟਾਗ੍ਰਾਮ ਕਦੇ ਫੇਸਬੁੱਕ, ਐ ਕਦੇ ਸੋਚਿਆ ਵੀ ਇਹ ਵੀ ਵਿਆਹੀ ਬੱਤਰੀ ਆ, ਘਰ ਦਾ ਕੋਈ ਕੰਮ ਧੰਦਾ ਕਰ ਲੈ, ਮੇਰਾ ਤਾਂ ਨਹੀਂ ਹੁੰਦਾ, ਮੈਂ ਤਾਂ ਆਇਆ ਨਾ ਇੱਥੇ ਆ ਕੇ। ਲੈ ਦੇਖ ਲੈ ਬਈ, ਇਹ ਤਾਂ ਬੋਲਦੀ ਕਿਤੇ, ਤੇਰੇ ਤਾਂ ਜਵਾਨ ਹੀ ਮੈਂ ਤਾਂ ਨਹੀਂ ਹੁੰਦੀ ਨਹੀਂ ਆ, ਹੈ ਅੱਜ ਬੋਲਦੀ ਕਰ ਚੱਲਦੀ ਹੈ, ਤੇਰੇ ਤਾਂ ਜਵਾਨ, ਮੈਂ ਤਾਂ ਨਹੀਂ ਬੋਲੂ, ਠੀਕ ਆ, ਚਾਹ ਦੋ। ਕੋਈ ਗੱਲ ਨਹੀਂ, ਫਿਰ ਆ ਜਾਣਾ ਤੇ ਦੋਨਾਂ ਭਰਾਵਾਂ ਨੂੰ, ਮੈਂ ਤਾਂ ਇਹ ਹੱਥ ਚੱਕ ਦੂ ਭਾਈ, ਮੈਥੋਂ ਤਾਂ ਨਹੀਂ ਬਣਦੀ ਰੋਟੀ, ਇਹਨੂੰ ਕਹਿ ਦੋ ਬਣਾ ਦੂ ਤਾਂ ਖਾ ਲਿਓ, ਜਾਓ ਸਾਰੇ ਘਰ ਦਾ ਖਾਹਾ ਮੈਨੂੰ ਦਿੱਤਾ ਹੋਇਆ ਇਹਨਾਂ ਨੇ। ਇਹਨਾਂ ਜਿਹੜਾ ਭਾਸ਼ਣ ਦਿੱਤਾ ਇਹ ਸੁਣ ਕੇ ਕੀ ਮੈਂ ਕੰਮ ਕਰ ਦੂੰ, ਜਮਾ ਨਹੀਂ ਕਰਦੀ, ਆ ਬੈਠੀ ਹਾਂ। ਦੇਖ ਲਾ ਕੰਮ ਨਹੀਂ ਕਰ ਸਕਦੀ, ਜ਼ਬਾਨ ਤਾਂ ਇਹਦੀ ਐ ਲੁੱਤਰ ਲੁੱਤਰ ਚੱਲਦੀ ਆ, ਕੋਈ ਗੱਲ ਨਹੀਂ ਕਰਦੀ ਤਾਂ ਜਿਵੇਂ ਡੀਸੀ ਦੀ ਰੰਗ ਹੁੰਦੀ ਆ। ਉਹ ਕੀ ਹੋ ਗਿਆ, ਉਹ ਤੁਹਾਡਾ ਬਾਹਰ ਤੱਕ ਕਲੇਸ਼ ਸੁਣਦਾ ਵਾ। ਆਹੋ ਬਾਹਰ ਤੱਕ ਕਲੇਸ਼ ਸੁਣਦਾ, ਮੇਰਾ ਹੀ ਸੁਣਦਾ, ਉਹਦਾ ਤਾਂ ਸੁਣਦਾ ਨੀ ਜਿਹੜਾ ਇੰਨੀ ਬਕਵਾਸ ਕਰਦੀ ਆ। ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ, ਹੁਣ ਜੇ ਤਾਂ ਤੁਸੀਂ ਇਹ ਘਰ ਦੇ ਵਿੱਚ ਰਹਿਣਾ ਗਾ ਤਾਂ ਚੱਜ ਨਾਲ ਰਹਿ ਲਓ, ਉਹਨੂੰ ਸਮਝਾ ਦੇ, ਨਹੀਂ ਤਾਂ ਭਾਈ ਮੈਂ ਅੱਡ ਕਰ ਦੂੰਗੀ ਬਸ। ਹਾਂ ਨਾ ਇਹ ਵੀ ਅੱਡ ਕਰ ਦੇਗੀ ਤੂੰ, ਇਹ ਤੇਰਾ ਘਰ ਆ, ਕਰ ਕਰ ਨਾ ਵੱਡ, ਤੈਨੂੰ ਤਾਂ ਪਤਾ ਤੈ ਹੁਣੇ। ਉਹ ਕਿਉਂ ਯਾਰ ਕਲੇਸ਼ ਪਾਈ ਬੈਠੀ ਹੋ ਤੁਸੀਂ, ਗੱਲ ਕੀ ਹੈ ਸਾਨੂੰ ਗੱਲ ਤਾਂ ਦੱਸ ਦੋ। ਗੱਲ ਕੀ ਹੈ ਤੁਹਾਨੂੰ ਦੱਸ ਦੋ, ਮੈਂ ਤੈਨੂੰ ਕਿਤੇ ਵੀ ਕਹੀ ਜਾਂਗੀ ਵੀ ਇਹਨੂੰ ਸਮਝਾ ਲੈ ਸਮਝਾ ਲੈ, ਤੂੰ ਅੱਦੇ ਵੀ ਮੇਰੀ ਗੱਲ ਨਹੀਂ ਸੁਣੀ ਹੈ। ਇਹ ਭਾਈ ਸਵੇਰ ਦਾ ਕੋਈ ਕੰਮ ਨਹੀਂ ਕਰਦੀ, ਸਾਰੇ ਘਰ ਦਾ ਕੰਮ ਮੈਂ ਠੇਕਾ ਲਿਆਗਾ। ਉਹ ਭਾਬੀ ਕੋਈ ਨਹੀਂ ਕਹਿ ਦੂੰਗਾ ਮੈਂ, ਉਹਦੇ ਵੀ ਕਿਹਾ ਸੀ ਕਿਉਂ ਐਵੇਂ ਲੜਦੇ ਹੋ, ਅੱਛਾ ਕੰਧਾਂ ਨਾਲ ਫੜ ਫੜ ਸੁਣਦੇ ਆ, ਤੂੰ ਤਾਂ ਇਹ ਕਹਿ ਕੇ ਐ ਨੱਗ ਜਾਂਦਾ ਲੱਗ ਜੂ, ਤੂੰ ਤਾਂ ਆਪ ਚਮਚਾ ਬਣਿਆ ਪਿਆ ਗਾ, ਅੱਧੀ ਆ ਬਥੇਰਾ ਕਰਦੀ ਆ ਕੰਮ ਮੈਂ, ਠੀਕ ਆ। ਨਹੀਂ ਹਾਂ ਇਹ ਕੋਈ ਵੱਡੇ ਛੋੜ ਵੀ ਗਿਆ, ਤਾਂ ਰੱਖ ਲਿਆ ਕਰੋ, ਅਸੀਂ ਖੜੇ ਆ ਤੁਸੀਂ ਸਾਡੀ ਵੀ ਗੱਲ ਰੱਖਦੇ। ਭਾਈ ਤੂੰ ਲੈ ਕੇ ਜਾ ਭਾਬੀ ਨੂੰ, ਪਾਣੀ ਦੇ ਪਿੱਛੇ ਰਿਹਾ ਨਾ, ਇਹਨੂੰ ਸ਼ਰਮ ਆ। ਚੱਲ ਨਹੀਂ ਹਾਂ ਅੰਦਰ, ਉਹ ਮਾਰਾ ਮੋਟਾ ਨਾ ਦਿਮਾਗ ਤੋਂ ਕੰਮ ਲੈ ਰਿਹਾ ਕਰ, ਠੰਡੀ ਰਿਹਾ ਕਰ ਤੁਸੀਂ। ਮੈਨੂੰ ਹੀ ਬੋਲਿਆ ਕਰੋ, ਹੋਰ ਨਾ ਘਰ ਚ ਕਿਸੇ ਨੂੰ ਬੋਲਿਆ ਕਰੋ, ਕੀ ਗੱਲ ਕਹਿਤੀ ਸੀ ਮੈਨੂੰ, ਮੈਂ ਮਾੜਾ ਜਿਹਾ ਐਂ ਕਿਹਾ ਵੀ ਉੱਠ ਕੇ ਕੰਮ ਕਰ ਲੈ, ਦੱਸ ਕੰਮ ਵੀ ਨਹੀਂ ਕਰ ਸਕਦੀ, ਰੋਟੀਆਂ ਖਾਣ ਨੂੰ ਮੂਹਰੇ ਬਹਿ ਜਾਂਦੀ ਹੈ, ਕੀ ਬਣਾਇਆ ਆ, ਆ ਮੈਂ ਨਹੀਂ ਖਾਂਦੀ, ਆ ਬਣਾਇਆ ਕਰੋ, ਕੀ ਗੱਲ ਮੈਂ ਨੌਕਰ ਧਰੀ ਆ ਉਹਦੇ ਘਰ ਦੇ ਵਿੱਚ। ਉਹ ਚਾਰ ਤਾਂ ਜੀ ਹੈ ਘਰ ਚ, ਉਹਨੂੰ ਪਿਆਰ ਨਾਲ ਵੀ ਸਮਝਾ ਸਕਦੀ ਹੈ, ਤੂੰ ਉਹ ਤੋਂ ਵੱਡੀ ਹੈ ਫਿਰ ਵੀ, ਨਾਲੇ ਕਲੇਸ਼ ਦਾ ਮੂੰਹ ਪਾਲਾ ਹੁੰਦਾ।
ਠੀਕ ਆ, ਐ ਕਹਿ ਕੇ ਚੁੱਪ ਕਰ ਜਾ ਕਰੋ ਵੀ ਤੂੰ ਵੱਡੀ ਆ ਘਰ ਦੇ ਵਿੱਚ, ਮਾੜਾ ਮੋਟਾ ਪਿਆਰ ਨਾ ਸਮਝਾਇਆ ਕਰ। ਸਮਝਾਇਆ ਉਹਨੂੰ ਜਾਂਦਾ ਜਿਹਨੇ ਅੱਗੇ ਸਮਝਣਾ ਹੋਵੇ, ਉਹ ਹੈਗੀ ਹੈਗੀ ਸਮਝਣ ਵਾਲੀ ਝੂਠ। ਗੱਲਾਂ ਕਰਦਾ ਮੇਰੇ ਕੋਲ ਆ ਕੇ, ਉਹਨੂੰ ਤਾਂ ਕੁਛ ਕਹਿ ਨਹੀਂ ਸਕਦੇ, ਸਾਰਾ ਟੱਬਰ ਮੇਰੇ ਤੇ ਚੜ੍ਹਦਾ ਆਉਂਦਾ ਗਾ, ਸ਼ਰਮ ਹੀ ਨਹੀਂ ਆਉਂਦੀ। ਜੋ ਸਵੇਰ ਦੀ ਉੱਠ ਕੇ ਰੋਟੀਆਂ ਪਾ ਕੇ ਤੁਹਾਨੂੰ ਮੈਂ ਦਿੰਦੀ ਆ, ਅੰਦਰ ਬੜੀ ਰਹਿੰਦੀ ਕਮਰੇ ਚ, 9-10 ਵਜੇ ਤੱਕ ਉੱਠਦੀ ਨੀ ਉਹ। ਚੱਲ ਕੋਈ ਨਾ ਫਿਰ, ਪਿਆਰ ਨਾ ਸਮਝਾ ਲਿਆ ਕਰ ਉਹਨੂੰ। ਮੈਥੋਂ ਨੀ ਪਿਆਰ ਨਾ ਸਮਝਾਈ ਜਾਂਦੀ, ਮੈਂ ਤਾਂ ਇੱਕ ਗੱਲ ਕਹਿਤੀ, ਜੇ ਇਹ ਨਾ ਸੈੱਟ ਹੋਈ ਮੈਂ ਤਾਂ ਅੱਡ ਕਰ ਦੂੰਗੀ ਗੱਲ ਖਤਮ। ਆਪਦੇ ਭਾਂਡੇ ਢਿੰਡੇ ਚੱਕੇ ਤਾਂ ਨਿਕਲਦੀ ਹੋਵੇ ਇੱਥੋਂ, ਜਿੱਥੇ ਮਰਜ਼ੀ ਧੱਕੇ ਖਾਵੇ। ਉਹ ਯਾਰ ਅੱਡ ਹੋਣ ਵਾਲੀਆਂ ਗੱਲਾਂ ਨਾ ਕਰਿਆ ਕਰ, ਕਿੱਡੀ ਕੁ ਗੱਲ ਹੈ ਜੇ ਨਹੀਂ ਕੰਮ ਕਰਦੀ ਤੂੰ ਕਰ ਲਿਆ ਕਰ। ਅੱਡ ਹੋਣ ਦੀਆਂ ਗੱਲਾਂ ਨਾ ਮੈਂ ਐਂ ਨਹੀਂ ਕਰਦੀ, ਮੈਂ ਤਾਂ ਕਹਿੰਦੀ ਉਹਦੇ ਲੱਛਣ ਦੇਖ ਕੇ, ਆਪਾਂ ਨੂੰ ਵੀ ਉਹਦੇ ਘਰ ਚ ਵਸਣ ਦੇਣਾ ਜਾਂ ਕੁਛ ਚੱਲਦਾ ਰਿਹਾ, ਨਾਲ ਮੇਰਾ ਬੜਾ ਦਿਮਾਗ ਨਾ ਖਰਾਬ ਕਰ, ਮੇਰਾ ਬੀਪੀ ਵੱਧ ਜਾਂ ਵੱਗ ਗਿਆ ਤੂੰ। ਠੀਕ ਹੈ, ਕਰ ਲਓ ਜਿਹੜੀ ਮਨਮਾਨੀਆਂ ਕਰਨੀਆਂ ਤੁਸੀਂ ਕਰ ਲਓ ਮਨਮਾਨੀਆਂ, ਐਂ ਤਾਂ ਹੈ ਨਹੀਂ ਵੀ ਉਹਨੂੰ ਸਮਝਾ ਦਈਏ। ਮੇਰੇ ਸਿਰ ਤੇ ਆ ਕੇ ਖੜ ਗਿਆ ਬੋਲਣ ਲੱਗ ਗਿਆ, ਇਹਦਾ ਵੀ ਸਰਿਆ ਹੀ ਪਿਆ। ਆਹੀ ਕੁਛ ਹੀ ਕਰੋਂਗੀਆਂ, ਆਡੀ ਕਰਾਉਂਗੀਆਂ ਸਾਨੂੰ, ਉਹ ਲੋਕ ਕੀ ਕਹਿਣਗੇ, ਆ ਦੋ ਜਨਾਨੀਆਂ ਦੀ ਇਹਨਾਂ ਦੀ ਬਣੀ ਨੀ ਤੇ ਭਰਾ ਅੱਡ ਹੋ ਗਏ, ਲੋਕਾਂ 'ਚ ਮੂੰਹ ਨੀਵਾਂ ਕਰਾਉਂਗੇ ਤੁਸੀਂ ਸਾਡਾ। ਆਹੋ ਮੈਨੂੰ ਸੁਣਾਉਣ ਲੱਗ ਜਾਓ, ਉਹਨੂੰ ਤਾਂ ਕੁਛ ਕਿਹਾ ਨੀ ਜਾਂਦਾ ਹੈਗਾ, ਸਾਰਾ ਦਿਨ ਕੰਮ ਕੰਮ ਕਰਦੀ ਰਹਿੰਦੀ ਆ, ਨਾ ਇਕੱਲੀ ਕੰਮ ਕਰਦੀ ਆ, ਮੈਂ ਤਾਂ ਕੁਛ ਕਰਦੀ ਨੀ ਹੈ ਨਾ ਜਿਵੇਂ। ਹਾਂ ਤੂੰ ਤਾਂ ਕਰਦੀ ਨੀ, ਉਹ ਜਦੋਂ ਤੈਨੂੰ ਦੇਖਦਾ ਤੂੰ ਫੋਨ ਤੇ ਲੱਗੀ ਹੁੰਦੀ ਆ, ਜਦੋਂ ਮੈਂ ਭਾਬੀ ਨੂੰ ਦੇਖਦਾ ਵਿਚਾਰੀ ਕੰਮ ਕਰੀ ਜਾਂਦੀ ਹੁੰਦੀ ਆ, ਉਹ ਤਾਂ ਤੈਨੂੰ ਕਹੂਗੀ ਘਰ ਤਾਂ ਆਪਣਾ ਸਾਰਿਆਂ ਦਾ ਤੇ ਤੇਰਾ ਹੱਕ ਨੀ ਮੰਨਦਾ ਕੰਮ ਕਰਨ ਦਾ। ਆਹੋ ਕਰਨ ਲੱਗ ਗਿਆ ਨਾ ਭਾਬੀ ਦੀ ਚਮਚਾਗਿਰੀ, ਮੈਨੂੰ ਪਹਿਲਾਂ ਹੀ ਪਤਾ ਸੀ। ਉਹ ਚਮਚਾਗਿਰੀ ਨੀ ਕਰਦਾ ਭਾਬੀ ਦੀ, ਜਿਹੜੀ ਗੱਲ ਸੱਚ ਆ ਮੈਂ ਉਹ ਕਹਿੰਦਾ, ਕਰਦੀ ਹੋਈ ਆ ਭਾਬੀ ਕੰਮ, ਕਰਦੀ ਕੀ ਆ ਤੂੰ, ਆ ਬੈੱਡ ਤੇ ਪਈ ਰਹਿੰਦੀ ਆ। ਆਹੋ ਹੁਣ ਤੁਹਾਨੂੰ ਬੈੱਡ ਤੇ ਪਈ ਚੁੱਪਦੀ ਆ, ਮੈਂ ਵੀ ਬੈੱਡ ਤੇ ਕਿਉਂ ਪਈ ਰਹਿੰਦੀ ਆ, ਹੁਣ ਮੈਂ ਪਹਿਲਾਂ ਵੀ ਨੀ ਹੈਗਾ 10 ਮਿੰਟ। ਮੈਂ ਤੈਨੂੰ ਕਹਿੰਦਾ ਪੈ, ਜਦੋਂ ਪੈਣ ਦਾ ਟਾਈਮ ਆ ਉਦੋਂ ਪੈ ਜਾ, ਜਦੋਂ ਕੰਮ ਦਾ ਟਾਈਮ ਆ ਉਦੋਂ ਕੰਮ ਦਾ ਕਰੇ ਬੰਦਾ। ਬਥੇਰਾ ਕਰਦੀਆਂ ਕੰਮ ਮੈਂ, ਤੁਹਾਨੂੰ ਹੀ ਨਹੀਂ ਨਾ ਬਸ ਭਾਬੀ ਦਿੰਦੀ ਆ ਤੁਹਾਨੂੰ। ਉਹ ਦੇਖਦਾ ਵੀ ਕਿੰਨਾ ਕੁ ਕੰਮ ਕਰਦੀਆਂ, ਸਾਰਾ ਦਿਨ ਭਾਬੀ ਕੰਮ ਕਰਦੀ ਆ। ਜੇ ਆਹੀ ਕੁਛ ਕਰਨਾ ਨਾ ਇੱਥੇ, ਆ ਭਾਬੀ ਨਹੀਂ ਮੇਰੇ ਕੋਲ ਸਵਾਸ ਲਿਆ ਕਰਦੀ, ਭਾਬੀ ਐ ਭਾਬੀ ਐ, ਮੈਂ ਚੱਲੀ ਆਂ ਤੇ ਪੇਕੇ, ਮੈਂ ਨਹੀਂ ਇੱਥੇ ਰਹਿੰਦੀ। ਉਹ ਤੂੰ ਕਹਦਾ ਪੇਕੇ ਜਾਨੀ ਐ, ਆ ਪਿਆ ਘਰ ਤੁਸੀਂ ਰਹੋ ਇੱਥੇ, ਮੈਂ ਚੱਲਿਆ ਘਰ ਛੱਡ ਕੇ, ਫਾਹਾ ਲੈ ਕੇ ਮਰੂੰ ਕਿਸੇ ਦਿਨ, ਪਛਤਾਉਂਗੇ ਮੁੜ ਕੇ ਤੁਸੀਂ। ਲੈ ਮੈਨੂੰ ਤਾਂ ਇਹ ਸੀ ਮੇਰਾ ਬੰਦਾ ਮੇਰੀ ਪੱਖ ਕਰਾਊਗਾ, ਆ ਦੇਖ ਲਓ ਇਹਨੂੰ ਐਡੀ ਅਕਲ ਨਹੀਂ ਆਉਂਦੀ ਹੈਗੀ ਵੀ ਵਿਦ ਕਰੇ ਤਾਂ ਮੇਰੇ ਨਾਲ ਕਰਦੀ ਹੈਗੀ, ਇੰਨੀ ਕੁ ਅਕਲ ਹੋਵੇ ਬੰਦੇ ਨੂੰ, ਸ਼ਰੀਕਣੀ ਬਣ ਕੇ ਬੈਠੀ ਇੱਥੇ ਮੇਰੀ। ਭਿੰਡੀਆਂ ਬਣੀਆਂ ਨੀ ਹੈ, ਹੁਣ ਤੇਰੇ ਨਾਲ ਦੇ ਵਿੱਚ ਭਿੰਡੀਆਂ ਬਣਨਗੀਆਂ, ਨਾਲੇ ਤੈਨੂੰ ਚੰਗਾ ਭਲਾ ਪਤਾ ਵੀ ਤੇਰਾ ਵੀਰਾ ਸੁੱਕੀ ਸਬਜ਼ੀ ਖਾਂਦਾ ਨੀ, ਮੂੰਹ ਚੱਕ ਕੇ ਤੂੰ ਸੁੱਕੀ ਸਬਜ਼ੀ ਧਰ ਲੈਣੀ ਆ। ਤੈਨੂੰ ਐ ਪਤਾ ਕਦੇ ਮੈਨੂੰ ਦਹੀਂ ਨਾਲ ਰੋਟੀ ਦੇਣੀ ਆ, ਕਦੇ ਕਾਸ ਨਾਲ ਰੋਟੀ ਦੇਣੀ ਆ, ਮਾੜਾ ਮੋਟਾ ਦਿਮਾਗ ਨਾਲ ਕੰਮ ਲੈ ਲਿਆ ਕਰ, ਇਹੀ ਜੀ ਸਬਜ਼ੀ ਬਣਾ ਲਿਆ ਕਰ ਵੀ ਸਾਰਾ ਟੱਬਰ ਨੂੰ ਆ ਜਾਵੇ। ਜਿਹੜੀ ਸਬਜ਼ੀ ਘਰੇ ਪਈ ਸੀ ਉਹਨੇ ਧਰ ਲਈ, ਜੇ ਇੰਨੇ ਹੀ ਤੁਹਾਡਾ ਘਰ ਵਾਲਾ ਖਾਂਦਾ ਨੀ ਨਾ ਉਦੋਂ ਆਪੇ ਮੰਗਾ ਲਿਆ ਕਰੋ। ਲੈ ਨਾ ਬੋਲਦੀ ਤਾਂ ਦੇਖ ਲਾ, ਤੇਰਾ ਘਰ ਵਾਲਾ ਤੇਰਾ ਘਰ ਵਾਲਾ, ਨਾ ਤੇਰਾ ਕੁਛ ਨੀ ਲੱਗਦਾ, ਕਹਾ ਤੇਰਾ ਜੇਠ ਲੱਗਦਾ, ਮਾੜੀ ਮੋਟੀ ਸ਼ਰਮ ਤਾਂ ਕਰ ਲਿਆ ਕਰ। ਮੈਨੂੰ ਤੁਸੀਂ ਐਂ ਦੱਸੋ,
ਆ ਜਿਹੜੀ ਮੈਂ ਸਬਜ਼ੀ ਬਣਾਈ ਆ ਇਹ ਹੁਣ ਮਰਦੇ ਸਿਰ ਚ ਮਾਰਾਂ? ਸਿਰ ਚ ਮਾਰ ਲੈ ਫਿਰ, ਤੈਨੂੰ ਵੀ ਪਤਾ ਹੋਣਾ ਚਾਹੀਦਾ ਵਿਚਾਰਾ ਸਾਰਾ ਦਿਨ ਸਵੇਰੇ ਤੜਕੇ ਦਾ ਜਾਂਦਾ ਕੰਮ ਕਰਨਾ ਹੈ ਤੇ ਉੱਥੇ ਸਾਰਾ ਦਿਨ ਖੇਤਾਂ ਚ ਕੰਮ ਕਰਦਾ, ਨਾ ਚੱਜ ਦੀ ਰੋਟੀ ਵੀ ਦੱਸੇ। ਹਾਂ ਤੁਹਾਡਾ ਬੰਦਾ ਹੀ ਕੰਮ ਕਰਦਾ, ਸਾਡੇ ਤਾਂ ਵਿਹਲੇ ਬਹਿੰਦੇ ਨੇ ਜੀ ਕੁਰਸੀਆਂ ਤੇ ਜਾ ਕੇ, ਉਹਨਾਂ ਤੋਂ ਕੋਈ ਕੰਮ ਹੀ ਨਹੀਂ। ਨੀ ਵਿਹਲਾ ਹੀ ਬਹਿੰਦਾ ਉਹ ਕੁਰਸੀਆਂ ਤੇ, ਏਸੀ ਥੱਲੇ ਬਹਿ ਜਾਂਦਾ ਉੱਥੇ ਕੰਮ ਕਰਦਾ, ਆ ਕੇ ਘਰੇ ਏਸੀ ਥੱਲੇ ਫਿਰ ਬਹਿ ਜਾਂਦਾ, ਰੋਟੀ ਜਿਹੀ ਜੀ ਮਿਲਦੀ ਹੈ ਚੰਗੀ ਭਲੀ ਖਾ ਕੇ ਐਸ਼ ਕਰਦਾ। ਮੇਰੇ ਵਾਲਾ ਸਾਰਾ ਦਿਨ ਖੇਤਾਂ ਚ ਮਰਦਾ ਫਿਰਦਾ, ਆਉਂਦਾ ਜਦੋਂ ਤੇਰਾ ਮੂੰਹ ਦੇਖਦੀ ਵੀ ਕੀ ਧਰਿਆ, ਵਿਚਾਰੇ ਨੂੰ ਦਹੀਂ ਪਾ ਕੇ ਦੇ ਦਿੰਦੀ ਹਾਂ ਮੈਂ ਤਾਂ। ਚੰਗਾ ਜੀ ਤੇਰਾ ਬੰਦਾ ਭੈਣੇ ਕਰਦਾ ਕੰਮ, ਤੂੰ ਵੀ ਮੇਰੇ ਕੰਮ ਨਹੀਂ ਕਰਦੀਆਂ, ਅਸੀਂ ਤਾਂ ਵਿਹਲੇ ਆ, ਅਸੀਂ ਤਾਂ ਕੋਈ ਕੰਮ ਨਹੀਂ ਕਰਦੇ, ਤੁਸੀਂ ਕੰਮ ਦੇ ਬਾਹਰ ਹੋਗੇ। ਜੇ ਇੰਨਾ ਹੀ ਕੰਮ ਕਰਦਾ ਨਾ ਤੇਰਾ ਬੰਦਾ ਤੇ ਨਾਲੇ ਤੂੰ ਉਹ ਫਿਰ ਆਟਾ ਆ ਜਿਹੜੀ ਦਾਲ ਧਰ ਲਈ ਨਾ ਆਪਦੀ ਧਰ ਲਾ, ਜਦੋਂ ਤੇਰਾ ਆਹ ਕੰਮ ਜੇ ਨਿਬੜ ਗਿਆ ਨਾ ਹਾਕ ਮਾਰਦੀ ਮੈਨੂੰ ਆਪੇ। ਕੋਈ ਗੱਲ ਨੀ, ਮੇਰੀ ਗੱਲ ਸੁਣਨਾ ਧਿਆਨ ਨਾਲ, ਪਹਿਲਾਂ ਆਪਦੇ ਪੇਕਿਆਂ ਤੋਂ ਨਾ ਚੰਗੀਆਂ ਗੱਲਾਂ ਸਿੱਖ ਲਾ, ਨਾਲੇ ਆਪਦੀ ਮਾਂ ਨੂੰ ਫੋਨ ਕਰਕੇ ਕਹਿ ਦੇ ਠੀਕ ਹੈ ਨਾ, ਵੀ ਮੈਨੂੰ ਅਕਲ ਨੀ ਦਿੱਤੀ ਮਾਂ ਤੂੰ, ਮੈਂ ਕਿਵੇਂ ਇਸ ਘਰ ਦੇ ਵਿੱਚ ਵਸਾਂ। ਐਡੀ ਨਾ ਨਵੀਂ ਨਹੀਂ ਹੋ ਗਈ, ਸਿੱਖ ਕੇ ਆਈ ਆ ਨਾ, ਮੇਰੀ ਮਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ ਤੇ ਵਾਂਗੂ ਨਹੀਂ ਹੈ ਕਿ ਮੈਂ ਜਾਣਦੀ ਆ। ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ? ਤੇਰੀ ਮਾਂ ਨੇ ਤੈਨੂੰ ਐ ਸਿਖਾਇਆ ਵੀ ਜਠਾਣੀ ਨਾਲ ਅੱਡੇ ਕਿਵੇਂ ਲਾਈ ਦੇ, ਬੋਲ ਵੀ ਤਾਂ ਦੇਖ ਲਾ ਮਾੜਾ ਜੀ, ਤੈਨੂੰ ਕੋਈ ਗੱਲ ਕਰੋ ਨਾਲ ਦੇ ਨਾਲ ਜਵਾਬ ਧਰ ਦੇਣੀ। ਆਪ ਤੂੰ ਮੇਰੀ ਮੈਂ ਕੁਝ ਬੋਲਦੀ ਨਹੀਂ ਹੈਗੀ। ਨੀ ਸ਼ਰਮ ਕਰ ਲਿਆ ਕਰ, ਸ਼ਰਮ ਕਰ ਲਿਆ ਕਰ, ਆਂਢ ਗੁਆਂਢ ਕੀ ਕਹੂਗਾ, ਮੈਂ ਤਾਂ ਫਿਰ ਵੀ ਚੁੱਪ ਕਰ ਜਾਂਦੀ ਆ ਵੀ ਤੂੰ ਤਾਂ ਮਾੜੀ ਮਾੜੀ ਗੱਲ ਤੇ ਜੋ ਮੇਰੇ ਨਾਲ ਲੜਦੀ ਆ ਸਵੇਰ ਦੀ। ਜਦੋਂ ਚੰਗੀ ਭਲੀ ਮੈਂ ਸਬਜ਼ੀ ਬਣਾਈ ਸੀ ਆਡੇ ਕਰਨਾ ਤੂੰ ਨਾ ਆਈ ਇੱਥੇ, ਖਾਧੀ ਨਹੀਂ ਜਾਂਦੀ ਹੈਗੀ, ਉੱਤੋਂ ਤੇਰਾ ਬੰਦਾ ਛੇਤੀ ਕੇਖਣ ਕਰਨ ਲੱਗ ਜਾਂਦਾ, ਤੱਬ ਦੀ ਵੀ ਆਈ ਜਾਂਦੀ ਪਿੰਡੀ ਕਰ ਗਈ ਹਾਰ ਦਾ ਕੰਮ। ਠੇਲਾ ਬੂ ਮੈਂ ਮਰ ਜਾਂ, ਕਿੰਨਾ ਬੋਲਦੀ ਤਾਂ ਸਾਹ ਵੀ ਨਹੀਂ ਲੈਂਦੀ ਬੋਲਣ ਲੱਗੇ ਹੈ। ਮੈਂ ਕਹਿੰਦੀ ਕਿਹੜੀ ਕਲੈਣੀ ਘੜੀ ਸੀ ਉਹ ਜਦੋਂ ਮੈਂ ਮੂੰਹ ਨੂੰ ਇਹਦਾ ਰਿਸ਼ਤਾ ਕਰਾਤਾ, ਮੈਂ ਤਾਂ ਉਹੀ ਫਸ ਗਈ ਇਹੀ ਜੀ ਜਨਾਨੀ ਘਰੇ ਲਿਆ ਕੇ। ਕੀ ਧਰਾ ਨੂੰ ਕੀ ਨਾ ਧਰਾ ਮੈਂ ਦੱਸ। ਚੁੱਪ ਕਰ ਜਾ ਕਰੋ, ਐ ਤਾਂ ਸੋਚਦੇ ਨੀ, ਮੈਂ ਤੁਹਾਡੇ ਬਾਰੇ ਸੋਚਦੀ ਆ, ਮੈਂ ਦੇਖਦੀ ਹੁੰਦੀ ਆ ਵੀ ਤੁਸੀਂ ਥੱਕੇ ਆ ਰਹੇ ਹੁੰਦੇ ਹੋ ਹੈ, ਫਿਰ ਬੰਦੇ ਨੂੰ ਚੱਜ ਦੀ ਰੋਟੀ ਵੀ ਨਾ ਮਿਲੇ ਫਿਰ ਉਹ ਗੱਲ ਜੀ ਨੀ ਬਣਦੀ। ਜਦੋਂ ਇਹ ਹੋਰ ਸਬਜ਼ੀਆਂ ਧਰ ਲੈਂਦੀ ਹੈ ਤੁਸੀਂ ਉਹ ਖਾਂਦੇ ਨੀ, ਹਾਰ ਕੇ ਮੈਨੂੰ ਤੁਹਾਨੂੰ ਕਦੇ ਦਹੀਂ ਨਾ ਕਦੇ ਕਾਸ ਨੰਗ ਦੇਣੀ ਪੈਂਦੀ ਹੈ। ਅੱਜ ਇਹਨੇ ਭਿੰਡੀਆਂ ਧਰ ਲਈਆਂ, ਮੈਨੂੰ ਆਏ ਸੀ, ਮੈਂ ਕਿਹਾ ਚੱਲ ਮੈਂ ਦਾਲ ਧਰ ਲੈਣੀ ਆ ਵੀ ਤੁਸੀਂ ਦਾਲ ਨਾ ਖਾ ਲੋਗੇ ਅਸੀਂ ਭਿੰਡੀਆਂ ਨਾ ਖਾ ਲਾਂਗੇ, ਚੱਲ ਇੰਨੇ ਚ ਤਾਂ ਬੋਲਣ ਲੱਗ ਗਈ। ਹੁਣ ਮੈਨੂੰ ਐਂ ਦੱਸੋ ਵੀ ਘਰ ਚ ਕਲੇਸ਼ ਮਕਾਉਣ ਦਾ ਕੀ ਲਾਉਂਗੇ? ਕਲੇਸ਼ ਮਕਾਉਣ ਦਾ ਕੀ ਲਾਉਂਗੇ ਹੈ? ਮੈਨੂੰ ਤਾਂ ਐਂ ਕਹਿਣ ਲੱਗ ਜਾਂਦੇ ਤੁਸੀਂ, ਉਹਨੂੰ ਵੀ ਕਦੇ ਕਹਿ ਦਿਆ ਕਰੋ, ਮੇਰੀ ਤਾਂ ਇੱਕ ਸਾਫ਼ ਸਾਫ਼ ਗੱਲ ਆ ਭਾਈ ਇਸ ਘਰ ਦੇ ਵਿੱਚ, ਜੇ ਉਹ ਚੱਜ ਨਾਲ ਕੰਮ ਨਹੀਂ ਕਰਦੀ, ਘਰੇ ਨਹੀਂ ਰਹਿੰਦੀ ਪਿਆਰ ਨਾਲ, ਆਪਦੇ ਭਾਂਡੇ ਢਿੱਡੇ ਚੱਕੇ ਤੇ ਅੱਡ ਹੋ ਜਾਵੇ, ਮੈਂ ਨਹੀਂ ਤਾਂ ਰੋਜ਼ ਸਹਿ ਸਕਦੀ ਇੱਥੇ। ਤੂੰ ਮੇਰੇ ਕਹੇ ਤੇ ਨਾ ਦੋ ਚਾਰ ਦਿਨ ਚੁੱਪ ਰਹਿ, ਜੇ ਫੇਰ ਵੀ ਨਾ ਇਹ ਮੰਨੀ, ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ, ਨਾਲੇ ਵੱਡੇ ਨਾ ਘਰ ਜੋੜਦੇ ਹੁੰਦੇ ਆ ਨਾ ਕਿ ਤੋੜਦੇ ਹੁੰਦੇ ਆ। ਘਰ ਵੀ ਉੱਥੇ ਜੁੜਦੇ ਹੁੰਦੇ ਨੇ ਜਿੱਥੇ ਮੂਹਰੋਂ ਵੀ ਅਗਲਾ ਜੋੜਨ ਵਾਲਾ ਹੋਵੇ, ਪਿਆਰ ਮੁਹੱਬਤ ਨਾਲ ਰਹੇ। ਆਪਾਂ ਕਿੰਨਾ ਕੁ ਚਿਰ ਇਹਨਾਂ ਦੇ ਪਿੱਛੇ ਲੱਗੇ ਰਹਾਂਗੇ, ਆਪਾਂ ਸੋਚੀ ਜਾਂਦੇ ਆ ਵੀ ਘਰ ਜੋੜ ਕੇ ਰੱਖੀਏ ਘਰ ਜੋੜ ਕੇ ਰੱਖੀਏ ਤੇ ਉਹ ਤੇ ਜੜਨ ਨੂੰ ਫਿਰਦੀ ਹੈ, ਐਂ ਚੱਲਦਾ ਹੁੰਦਾ। ਉਹ ਚੱਲ ਕੋਈ ਗੱਲ ਨੀ, ਜੇ ਨਹੀਂ ਮੰਨਦੀ ਫਿਰ ਆਪਾਂ ਅੱਡ ਹੋ ਜਾਵਾਂਗੇ, ਕਲੇਸ਼ ਤਾਂ ਮਕਾਉਣਾ ਹੀ ਹੈ। ਮੈਂ ਤਾਂ ਕਹਿੰਦੀ ਆ ਮਕਾਓ ਕਲੇਸ਼, ਮੈਂ ਕਦੋਂ ਕਹਿੰਦੀ ਆ ਘਰੇ ਕਲੇਸ਼ ਪਾਓ। ਉਹੀ ਗੱਲਾਂ ਉਹੀ ਗੱਲਾਂ, ਫਿਰ ਮੈਨੂੰ ਕਹਿ ਦੂਗਾ ਵੀ ਭਾਈ ਤੂੰ ਨਾ ਬੋਲਿਆ ਕਰ,
ਠੰਡੀ ਰਿਹਾ ਕਰ, ਆਪਦਾ ਬੀਪੀ ਨਾ ਵਧਾ, ਬੀਪੀ ਤਾਂ ਮੇਰਾ ਆਪੇ ਵਧੂਗਾ। ਚੱਲ ਠੀਕ ਆ, ਹੁਣ ਤੂੰ ਚਾਹ ਪਾਣੀ ਲਿਆ ਕੇ ਦੇ ਮੈਨੂੰ, ਮੈਂ ਪੀਵਾਂ ਤੇ ਜਾਵਾਂ। ਚਾਹ ਪਾਣੀ ਲਿਆ ਕੇ ਮਾੜਾ ਮੋਟਾ ਨਾ ਉਹਨੂੰ ਸਮਝਾ ਦੇ ਕਰ ਆਪਦੇ ਭਰਾ ਨੂੰ, ਉਹਦੇ ਪਿੱਛੇ ਮਗਰ ਲੱਗਿਆ ਰਹਿੰਦਾ ਗਾ। ਉਹ ਕੀ ਕਰੇ, ਉਹ ਕੀ ਕਰੇ, ਉਹਦਾ ਬੁੱਗ ਬਣ ਕੇ ਨਾਲੇ ਉਹ ਬਹਿ ਜਾਂਦਾ, ਕੋਈ ਉਹਨੂੰ ਕਹਿੰਦਾ ਨੀ ਚੱਜ ਨਾਲ। ਜਦੋਂ ਵੀ ਘਰੇ ਆ ਜੀ ਇਹਨਾਂ ਦਾ ਕਲੇਸ਼ ਨੀ ਮੁੱਕਦਾ। ਨੇਹਾ ਮੈਨੂੰ ਤਾਂ ਹੁਣ ਘਰੇ ਆਉਣ ਤੋਂ ਵੀ ਡਰ ਲੱਗਦਾ, ਜਦੋਂ ਘਰੇ ਆਉਂਦੇ ਤੁਹਾਡਾ ਕਲੇਸ਼ ਨੀ ਮੁੱਕਦਾ, ਸਾਰਾ ਦਿਨ ਕਲੇਸ਼ ਹੀ ਕਰੀ ਜਾਂਦੇ ਹੋ। ਉਹ ਜਦੋਂ ਭਾਬੀ ਨੇ ਦਾਲ ਧਰ ਲਈ ਸੀ ਫਿਰ ਤੈਨੂੰ ਕਲੇਸ਼ ਕਰਨ ਦੀ ਕੀ ਲੋੜ ਸੀ? ਹਾਂ ਕਲੇਸ਼ ਤਾਂ ਮੈਂ ਹੀ ਕਰਦੀ ਆ, ਉਹ ਤਾਂ ਤੁਹਾਨੂੰ ਦੇਖਦੀ ਨਹੀਂ ਹੈਗੀ ਹਨਾ। ਮੇਰੀ ਨਾ ਇੱਕ ਗੱਲ ਸੁਣ ਲਓ ਤੁਸੀਂ, ਤੁਸੀਂ ਮੇਰੇ ਨਾਲ ਰਹਿਣਾ ਕਿ ਆਪਦੇ ਭਰਾ ਭਰਜਾਈ ਨਾਲ ਬਾਹਰੀ ਮੇਰ ਕਰਨ ਲੱਗ ਗਏ ਤੁਸੀਂ ਹੁਣ ਉਹਨਾਂ ਵੀ? ਓ ਯਾਰ ਆਹ ਕਿਹੜੀ ਗੱਲ ਆ ਰਹਿਣ ਵਾਲੀ, ਇਕੱਠੇ ਹੀ ਰਹਿਣਾ ਸਾਰਿਆਂ ਨੇ, ਫਿਰ ਕਲੇਸ਼ ਕਰਨ ਦੀ ਕੀ ਲੋੜ ਆ? ਲੋਕ ਕੰਧਾਂ ਨਾਲ ਕਰ ਕਰ ਸੁਣਦੇ ਆ, ਮੈਂ ਤਾਂ ਕਹਿੰਦਾ ਮੇਰੇ ਭਾਂਦੀ ਤਾਂ ਕੁਛ ਮਰਜ਼ੀ ਕਰੀ ਜਾਓ ਫਿਰ ਘਰੇ। ਸੁਣੀ ਜਾਣ ਫਿਰ ਮੈਂ ਕੀ ਕਰਾਂ, ਆਹੋ ਕਹਿੰਦਾ ਮੈਨੂੰ ਰੋਕੀ ਜਾਓ ਜਾਂ ਮੈਨੂੰ ਕਹਿੰਦੇ ਕਰੋ ਤੂੰ ਕਲੇਸ਼ ਕਰਦੀ ਆ ਤੂੰ ਲੜਦੀ ਆ, ਮੈਂ ਕੱਲੀ ਨੀ ਲੜਦੀ ਹੈਗੀ ਜਾਂ ਮੈਂ ਕੱਲੀ ਨੀ ਬੋਲਦੀ, ਮੇਰੇ ਦਿਮਾਗ ਤੇ ਹਿੱਟ ਨੀ ਵੱਜੀ ਹੈਗੀ। ਮੈਂ ਤਾਂ ਸਾਰਿਆਂ ਨੂੰ ਸਮਝਾਉਣਾ, ਮੈਂ ਤਾਂ ਬਾਈ ਨੂੰ ਵੀ ਕਹਿਣਾ ਵੀ ਤੂੰ ਭਾਬੀ ਨੂੰ ਕਹਿ ਦਿਆ ਕਰ, ਤੈਨੂੰ ਵੀ ਕਹਿਣਾ ਉਹ ਰਲ ਮਿਲ ਕੇ ਰਹੀਦਾ ਹੁੰਦਾ ਘਰਾਂ ਚ, ਚਾਰ ਤਾਂ ਜੀ ਆ ਘਰੇ। ਮੇਰੀ ਗੱਲ ਸੁਣ ਲਓ ਤੁਸੀਂ, ਜੇ ਆ ਕਲੇਸ਼ ਮੁਕਾਣਾ ਨਾ ਅੱਡ ਹੋ ਜਾ ਬਸ, ਉਹ ਆਪਦੀਆਂ ਪਕਾਉਣਗੇ ਆਪਾਂ ਆਪਦੀਆਂ ਪਕਾਵਾਂਗੇ, ਫਿਰ ਕਲੇਸ਼ ਹੋਣਾ ਹੀ ਨਹੀਂ। ਅੱਡ ਕਰਾ ਕੇ ਸਾਹ ਲਊਂਗੀਆਂ, ਅੱਡ ਤਾਂ ਹੋਣਾ ਹੀ ਪਊ, ਆ ਜਿਹੜਾ ਬੰਜ ਖੜਾ ਕੀਤਾ। ਕੋਈ ਨਾ ਕਰਦਾ ਮੈਂ ਬਾਈ ਨਾਲ ਗੱਲ, ਨਾਲੇ ਅਸੀਂ ਦੋਹੇ ਭਰਾ ਸੁੱਖ ਦੀ ਰੋਟੀ ਖਾ ਲਿਆ ਕਰਾਂਗੇ। ਵਧੀਆ, ਜੇ ਤੁਹਾਡੇ ਖਾਨੇ ਗੱਲ ਪੈ ਗਈ ਤਾਂ ਅੱਡ ਹੋਏ ਚ ਹੀ ਫਾਇਦਾ ਹੈਗਾ, ਨਹੀਂ ਤਾਂ ਵੀ ਹੋਰ ਜਲੂਸ ਨਿਕਲੂ ਫਿਰ। ਦੇਖ ਲੈ ਹੈ, ਇੰਨਾ ਟੋਕਰਾ ਭਾਂਡਿਆਂ ਦਾ ਜੂਠਾ ਅੰਦਰ ਸਿੱਟਦਾ, ਐ ਵੀ ਨੀ ਸੋਚਦੇ ਵੀ ਕੋਈ ਹੋਰ ਵੀ ਧੋ ਲਵੇ, ਮੈਂ ਹੀ ਘਰ ਦੇ ਵਿੱਚ ਬੈਠੀ ਆ। ਹਾਂ ਸਾਰੇ ਟੱਬਰ ਨੂੰ ਪਤਾ ਤਾਂ ਹੈਗਾ ਵੀ ਘਰ ਚ ਨੌਕਰਾਂ ਨੇ ਅਸੀਂ ਰੱਖੀ ਆ, ਆਪੇ ਉੱਠ ਕੇ ਕਰ ਲੂਗੀ, ਜਿੰਨੇ ਮਰਜ਼ੀ ਜੂਠੇ ਕਰ ਕਰ ਸਿੱਟੇ ਚੱਲੇ। ਨਾ ਮੇਰੀ ਗੱਲ ਸੁਣ, ਕੀ ਗੱਲ ਭਾਂਡੇ ਵਿੱਚ ਧਰਤੇ ਆ, ਤੈਨੂੰ ਪਤਾ ਲੱਗਦਾ ਭਾਂਡੇ ਧੋਈ ਜਾਂਦੀ ਆ? ਓਹੋ ਜਦੋਂ ਤੁਸੀਂ ਮਾਂਜਣਾ ਜਾਂਦੇ ਹੋ ਭਾਂਡੇ ਜਿਵੇਂ ਦੋ ਕੱਪ ਰੱਖਦੇ, ਫਿਰ ਕੀ ਹੋ ਗਿਆ? ਲੈ ਫਿਰ ਕੀ ਹੋ ਗਿਆ, ਮੈਂ ਤੇਰੇ ਕਲੇਸ਼ ਤੋਂ ਡਰਦੀ ਨਾ ਭਾਂਡੇ ਧੋਲੀ ਪਈਆਂ, ਪਰ ਆਹ ਗੱਲ ਨੀ ਹੈਗੀ ਵੀ ਤੇਰੇ ਜੂਠੇ ਭਾਂਡੇ ਮੈਂ ਧੋਗੀ, ਨਾਲੇ ਮੇਰੀ ਬਾਰੀ ਨੀ ਹੈਗੀ ਹੁਣ ਭਾਂਡੇ ਵਾਲੀ ਤੇਰੇ ਵਾਲੇ। ਹੱਦ ਹੋਈ ਪਈ ਹੈਗੀ ਤੁਹਾਡੀ ਤਾਂ, ਹਰ ਵਾਰੀ ਬਾਰੀ ਅਸੀਂ ਕਹਿਣ ਲੱਗ ਜਾਂਦੇ ਹੋ ਦੋ ਗਲਾਸ ਧੋ ਲਓ ਤੁਸੀਂ। ਲੈ ਕੇ ਹੀ ਦੋ ਗਲਾਸ ਮੈਂ ਧੋ ਦੋ ਤੁਸੀਂ, ਕਿਉਂ ਤੂੰ ਐਂ ਕਿਉਂ ਕਰਦੀ ਹੈ ਭਾਈ, ਮੈਂ ਹੀ ਘੱਟ ਠੇਕਾ ਲਿਆ ਸਾਰੇ ਕੰਮਾਂ ਦਾ। ਮੈਨੂੰ ਤਾਂ ਇਹ ਨੀ ਸਮਝ ਆਉਂਦੀ, ਪਹਿਲਾਂ ਮੈਂ ਸਬਜ਼ੀ ਬਣਾਈ ਉਦੋਂ ਤੁਸੀਂ ਲੜਾਈ ਕਰ ਲਈ ਮੈਂ ਨਾਲ, ਹੁਣ ਮੈਂ ਭਾਂਡੇ ਤੇ ਦੋ ਕੀ ਰੱਖਦੇ ਹੁਣ ਤੁਸੀਂ ਫੇਰ ਲੜੀ ਜਾਂਦੇ ਹੋ, ਚਾਹੁੰਦੇ ਕੀ ਹੋ ਤੁਸੀਂ ਮੈਨੂੰ ਐਂ ਦੱਸੋ? ਚਾਹੁੰਦੀ ਤਾਂ ਤੂੰ ਆ, ਅਸਲ ਤੂੰ ਮੈਨੂੰ ਦੁਸ਼ਮਣੀ ਬਣਾਉਣੀ ਆ, ਤੂੰ ਚਾਹੁੰਦੀ ਆ ਵੀ ਮੈਨੂੰ ਥੱਲੇ ਲਾ ਕੇ ਰੱਖਾਂ, ਪਰ ਮੈਂ ਤੇਰੇ ਥੱਲੇ ਲਾ ਕੇ ਰਹਿਣ ਵਾਲੀ ਨੀ ਹੈਗੀ। ਇਹ ਗੱਲ ਨਾ ਤੁਸੀਂ ਚਾਹੁੰਦੇ ਹੋਗੇ, ਮੈਨੂੰ ਕੀ ਲੋੜ ਹੈਗੀ? ਹਾਂ ਤੈਨੂੰ ਤਾਂ ਕੀ ਲੋੜ ਹੈ, ਬਸ ਆਹ ਦੇਖ ਸਿੱਟਦੇ ਭਾਂਡੇ, ਉੱਥੋਂ ਜੂਠੇ ਇੱਥੇ ਸਿੱਟਦੇ, ਕਦੇ ਜੂਸ ਪੀ ਲੈ ਕਦੇ ਕੁਛ ਕਰ ਲੈ, ਮੈਂ ਆਪੇ ਕਰੀ ਜਾਊਂਗੀ ਆਪੇ ਧੋਈ ਜਾਊਂਗੀ, ਨਾ ਤੂੰ ਕੋਈ ਕੱਪੜਾ ਲੈਣਾ ਧੋਣਾ, ਨਾ ਤੂੰ ਕੋਈ ਚੱਜ ਦੀ ਸਬਜ਼ੀ ਬਣਾਉਣੀ, ਠੀਕ ਹੈ? ਭਾਂਡੇ ਐ ਲੈ ਕੇ ਸਿੱਟਿਆ ਕਰ ਸੰਕ ਚ, ਹੋਰ ਤੁਹਾਡੇ ਸਿਰ ਤੇ ਰੱਖਾਂ, ਹੋਰ ਲੈ ਆਪਦੇ ਭਾਂਡੇ ਪਈ ਆਪ ਧੋਲੀ ਚੱਕ, ਜਦੋਂ ਮੈਂ ਧੋ ਕੇ ਬਾਗ ਗਈ ਨਾ ਆਪਦੇ ਭਾਂਡੇ ਤੂੰ ਆਪ ਧੋਲੀ, ਮੈਂ ਹੀ ਤੇਰਾ ਠੇਕਾ ਲਿਆ, ਮੈਂ ਸਿਰਫ ਆਪਦੇ ਭਾਂਡੇ ਧੋਊਂਗੀ, ਜਦੋਂ ਸਵੇਰੇ ਮੈਂ ਭਾਂਡੇ ਮਾਂਜ ਦਿੰਦੀ ਆ ਉਦੋਂ ਮੈਂ ਵੀ ਉਹਨਾਂ ਨਿਸ਼ਾਨੀਆਂ ਲਾ ਕੇ ਰੱਖੂ ਇਹਨਾਂ ਦੇ, ਜਿਹੜੇ ਮੇਰੇ ਭਾਂਡੇ ਨੂੰ ਮੈਂ ਮਾਂਜਾ ਕਰੂ, ਜਿਹੜੇ ਤੁਹਾਡੇ ਲਈ ਤੁਸੀਂ ਮਾਂਜਾ ਕਰੋ, ਸਵੇਰੇ ਮੈਂ ਮਾਂਜੀ ਸੀ ਤੁਸੀਂ ਮਾਂਜੋ ਮੇਰੀ। ਮੈਨੂੰ ਤਾਂ ਇਹਦੀ ਐ ਨੀ ਸਮਝ ਆਉਂਦੀ ਵੀ ਇਹ ਚਾਹੁੰਦੀ ਕੀ ਆ ਘਰ ਚ, ਕਲੇਸ਼ ਤੋਂ ਡਰਦੀ ਤਾਂ ਮੈਂ ਸਾਰੇ ਕੁਛ ਕਰੀ ਜਾਂਦੀ ਆ, ਹੋਰ ਦੱਸ ਕੀ ਕਰ ਲਾਂ ਮੈਂ, ਤੂੰ ਤਾਂ ਵੀ ਨੀ ਬੋਲਣ ਉਹ ਹਟਦੀ। ਮੈਨੂੰ ਤਾਂ ਕੁਛ ਕਰਨਾ ਨਹੀਂ, ਮੈਂ ਘਰ ਦੇ ਵਿੱਚ ਬੱਸਦੀ,
ਮੈਂ ਤਾਂ ਜਾਊਂਗੀ ਇੱਥੋਂ ਬਸ, ਕੋਈ ਗੱਲ ਨਹੀਂ, ਜਾਂ ਮੈਂ ਜਾਊਂਗੀ ਬਸ। ਜਲੂਸ ਕੱਢ ਰੱਖਿਆ, ਦੇਣਾ ਪਤਾ ਨੀ ਕੀ ਹੈ ਇਹਦੇ ਟੱਬਰ ਦਾ। ਓਏ ਹੁਣ ਕਿਹੜੀ ਗੱਲ ਦਾ ਕਲੇਸ਼ ਪਾਲਿਆ ਤੁਸੀਂ, ਕਿਉਂ ਜਲੂਸ ਕੱਢਦੀਆਂ ਹੁੰਦੀਆਂ, ਲੋਕ ਕੀ ਕਹਿਣਗੇ ਵੀ ਇਹ ਮਿੰਟ ਨੀ ਇਕੱਠੀਆਂ ਬਹਿੰਦੀਆਂ। ਲੋਕ ਤਾਂ ਆਪੇ ਕਹਿਣਗੇ ਹੈ, ਇਹਨੂੰ ਸਮਝਾ ਲਿਆ ਕਰ, ਸਮਝਾ ਲਿਆ ਕਰ, ਤੈਨੂੰ ਕਿੰਨੀ ਵਾਰੀ ਕਹਿਤਾ ਇਹਦੇ ਦਿਮਾਗ ਚ ਪਾ ਦੇ ਕੋਈ ਗੱਲ ਵੀ ਨਾ ਕਰੇ ਕਲੇਸ਼ ਪਾਇਆ ਕਰ, ਮੈਂ ਸਾਰਾ ਕੁਛ ਕਰਦੀ ਆ, ਇਹ ਜਦੋਂ ਦੇਖੋ ਐ ਲੰਘ ਜਾਂਦੀ, ਐ ਲੰਘ ਜਾਂਦੀ ਆ ਭੌਂਕਦੀ। ਹਾਂ ਤੂੰ ਤਾਂ ਦੁੱਧ ਧੋਤੀ ਆ ਹਨਾ, ਇਹ ਤਾਂ ਬਾਲੀ ਚੰਗੀ ਆ ਬਈ, ਤੇਰੀ ਪਰਛਾਈ ਮੈਂ ਹੀ ਮਾਰੀ ਆਂਗੀ। ਭਾਬੀ ਕਿਉਂ ਐਵੇਂ ਜਲੂਸ ਕੱਢਦੇ ਹੁਣ, ਉਹ ਲੋਕਾਂ ਬਾਰੇ ਤਾਂ ਸੋਚ ਲੋ ਵੀ ਕੀ ਕਹਿਣਗੇ, ਕਿਉਂ ਨੀ ਸਮਝਦੇ ਤੁਸੀਂ, ਨਰਕ ਬਣਾਤਾ ਤੁਸੀਂ ਘਰ ਨੂੰ। ਬੇ ਲੋਕਾਂ ਦੀ ਬੜੀ ਟੈਨਸ਼ਨ ਆ ਲੈ, ਠੀਕ ਹੈ ਨਾ। ਓਏ ਹੋਰ ਕਿਹਦੀ ਟੈਨਸ਼ਨ ਲਈਏ, ਇੱਥੇ ਬਸਣਾ, ਇੱਥੋਂ ਨਿਕਲਣਾ ਨਹੀਂ। ਤੇ ਘਰ ਦੀ ਟੈਨਸ਼ਨ ਲੈ ਲੈ, ਲੋਕਾਂ ਤੋਂ ਕੀ ਟਿੰਡੀਆਂ ਆ ਰਹੀਆਂ ਨੇ ਤੇ ਇੱਕ ਦੂਜੀ ਦੇ ਉੱਤੋਂ ਦੀ ਬੋਲਦੀਆਂ, ਆ ਵੱਧ ਬੋਲਦੀ ਆ, ਤੂੰ ਉੱਤੋਂ ਦੀ ਬੋਲਦੀ ਆ, ਉਹ ਸਾਡੇ ਬਾਰੇ ਵੀ ਸੋਚ ਲੋ ਵੀ ਸਾਡੀ ਵੀ ਇੱਜ਼ਤ ਆ ਪਿੰਡ 'ਚ। ਹੁਣ ਇਹ ਭਾਂਡੇ ਮਾਂਜ ਜਾਂਦੀ ਸੀ ਨਾ, ਜੇ ਮੈਂ ਦੋ ਕੱਪ ਰੱਖਦੇ ਸੀ ਕਿ ਜਾਨ ਨਿਕਲਦੀ ਸੀਗੀ। ਲੈ ਦੇਖ ਲੈ, ਕਹਿੰਦੀ ਦੋ ਕੱਪ ਧਰੇ ਸੀ, ਐ ਕਹਿੰਦੀ ਤੇਰੀ ਸ਼ਰਮ ਆਉਂਦੀ ਐ ਵੀ ਕਹਿੰਦੇ ਨਾ ਵੀ ਮੈਂ ਹੋਰ ਤੱਕ ਕੱਢਿਆ ਭਾਂਡੇ, ਮਾਤਮਾ ਦੀ ਉਹ ਹਰਦੀਆਂ ਨਹੀਂ ਤੁਸੀਂ, ਮੈਂ ਦੋ ਦੋ ਮਾਰੂ ਦੋਨਾਂ ਦੇ, ਮੈਂ ਲਿਆਜ ਵੀ ਨਹੀਂ ਕਰਨਾ ਭਾਬੀਆਂ। ਤੂੰ ਮੇਰੀ ਗੱਲ ਸੁਣੋ, ਤੁਸੀਂ ਬਹੁਤ ਹੋ ਗਿਆ, ਜੇ ਤੂੰ ਇਹ ਕਲੇਸ਼ ਨਾ ਮੇਰੇ ਤੋਂ ਵੀ ਚਲਾ ਜਾਂਦਾ। ਤੁਹਾਡੀ ਡੀਸੀ ਲੱਗੀ ਐ ਤੂੰ? ਅੱਗ ਤੇ ਫੂਸ ਛੱਡ ਦੂਗੀ ਜਾਂ ਤੋਂ ਲਹੂ ਪੀ ਰੱਖਿਆ ਭੈਣ ਚੋਦੀਆਂ ਨੇ। ਹਜੇ ਵੀ ਦੇਖ ਲੋ ਇਹ ਮੌਕਾ ਗਾ, ਤੁਹਾਨੂੰ ਪਰਮਾਤਮਾ ਨੇ ਵਧੀਆ ਮੌਕਾ ਦਿੱਤਾ, ਦੋ ਭਰਾ ਤੁਸੀਂ ਕਿੱਡਾ ਕੁ ਪਰਿਵਾਰ, ਚਾਰ ਜੀਆਂ ਤੁਸੀਂ। ਮੈਂ ਤਾਂ ਮੰਨਦਾ ਸਰਪੰਚ ਸਾਹਿਬ, ਪਰ ਇਹ ਇਕੱਠੀਆਂ ਕੱਟਣ ਫੇਰ ਹੀ ਹੈ, ਇਹ ਤਾਂ ਕੱਟਦੀਆਂ ਨੇ ਇੱਕ ਦੂਜੇ ਨਾਲ, ਛੋਟ ਤਾਂ ਕੋਈ ਫਰਕ ਨਹੀਂ, ਸਾਡਾ ਤਾਂ ਕੋਈ ਫਰਕ ਨਹੀਂ ਜੀ, ਪਰ ਇਹਨਾਂ ਨੂੰ ਕੌਣ ਸਮਝਾਵੇ। ਦੇਖ ਲੋ ਭਾਈ, ਅੱਡ ਤਾਂ ਕਹਿੰਦੇ ਜਦੋਂ ਮਰਜ਼ੀ ਹੋ ਜਾ, ਤੇ ਗੱਲ ਕਾਹਦੀ ਹੁੰਦੀ ਹੈ ਨਾ ਰਹਿਣ ਦੀ, ਅੱਗੇ ਤੁਸੀਂ ਦੇਖ ਲੋ, ਬਾਅਦ ਤੁਸੀਂ ਪਛਤਾਓਗੇ। ਨਾਲ ਤਾਂ ਜੀ ਦੇਖੋ ਸਰਪੰਚ ਸਾਹਿਬ ਜੀ, ਮੈਂ ਤਾਂ ਰਹਿਣ ਨੂੰ ਤਿਆਰ, ਗਾਹਾਂ ਇਹ ਨਹੀਂ ਰਹਿੰਦੀ ਜੀ, ਹੁਣ ਇਹਨੂੰ ਕਿੰਨੀ ਵਾਰੀ ਸਮਝਾਵੇ, ਨਾ ਤਾਂ ਇਹਨੂੰ ਬੋਲਣ ਦੀ ਅਕਲ ਆ ਜੀ, ਨਾ ਇਹ ਕੋਈ ਛੋਟਾ ਵੱਡਾ ਦੇਖੇ, ਨਾ ਇਹ ਕਿਸੇ ਕੰਮ ਨੂੰ ਕੰਮ ਧੰਦੇ ਨੂੰ ਹੱਥ ਪਾਵੇ ਘਰੇ। ਹੁਣ ਤੁਸੀਂ ਆਪ ਦੱਸੋ ਵੀ ਇਹ ਸਰਦਾ ਕੱਲੀ ਜਨਾਨੀ ਦੇ ਘਰੇ। ਸਰਪੰਚ ਸਾਹਿਬ ਇਹ ਨਾ ਅੱਡ ਕਰਾ ਕੇ ਰਹਿਣਗੀਆਂ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰ ਲਾਂਗੇ। ਉਹ ਕਰ ਤਾਂ ਲਵਾਂਗੇ, ਮੇਰਾ ਕੀ ਆ, ਮੈਂ ਤਾਂ 2 ਮਿੰਟ ਲਾਉਣਾ ਗਾ, ਆ ਤੇਰਾ ਭਈ, ਆ ਤੇਰਾ ਅੱਡ ਤਾਂ ਜਦੋਂ ਮਰਜ਼ੀ ਹੋ ਜਾ। ਗੱਲ ਤਾਂ ਇਹ ਹੁੰਦੀ ਹੈ, ਜੇ ਬੰਦਾ ਏਕਤਾ ਹੁੰਦੀ ਹੈ ਭਾਂਗਾ ਭਾਂਗਾ ਚ, ਮੈਂ ਤਾਂ ਇਹ ਕਹਿਣਾ ਵੀ ਘਰ ਚ ਫਿੱਟ ਨਾ ਪਵੇ, ਕੰਧਾਂ ਨਿਕਲ ਜਾਣਗੀਆਂ, ਬਾਹਲਾ ਗੱਲ ਦੂਰ ਵਗ ਜਾਂਦੀ ਹੈ। ਸਰਪੰਚ ਸਾਹਿਬ ਪਤਾ ਕੀ ਹੈ ਜੀ, ਹੁਣ ਤਾਂ ਸਾਰਾ ਕੁਛ ਹੀ ਹੋਊਗਾ, ਨਾ ਤਾਂ ਭਾਬੀ ਮੰਨਦੀ ਹੈ ਤੇ ਨਾ ਮੰਨਦੀ ਹੈ ਮੇਰੇ ਵਾਲੀ। ਆਹੋ ਭਾਬੀ ਸਿਰ ਸਿੱਟ ਦੇ ਕਰੋ, ਕੋਈ ਵੀ ਗੱਲ ਹੋ ਜੇ, ਮੇਰੀ ਵਾਲੀ ਦੇ ਕਿੰਨੀ ਹੱਥ ਚੱਕੀ ਹੋਈ ਆ ਭਾਈ। ਭਾਬੀ ਮੈਂ ਇਹਨੂੰ ਵੀ ਕਹਿਣਾ, ਮੈਂ ਕਦੇ ਤੁਹਾਨੂੰ ਨਹੀਂ ਕਹਿੰਦਾ, ਬੜਾ ਟਾਈਮ ਨਾ ਖਰਾਬ ਕਰੋ, ਇੰਨੇ ਟਾਈਮ ਨਹੀਂ ਬੈਠਿਆ ਜਾਂਦਾ ਹੈਗਾ। ਚਲੋ ਭਾਈ ਨਿਬੇੜੋ ਜੀ, ਤੁਸੀਂ ਤੁਸੀਂ ਦੱਸੋ ਹੁਣ ਤੁਹਾਡਾ ਫੈਸਲਾ ਅੱਡ ਹੋਣ ਦੇ ਆ, ਹਜੇ ਵੀ ਮੌਕਾ ਦੇਖ ਲਓ। ਪੁੱਛਣ ਵਾਲੀ ਗੱਲ ਨਹੀਂ ਹੈਗੀ ਜੀ, ਅਸੀਂ ਤੁਹਾਨੂੰ ਤਾਂ ਹੀ ਬੁਲਾਏਗਾ, ਅੱਡ ਹੀ ਹੋਣਾ ਸੀ ਤਾਂ
ਕਰ ਦੋ ਸਾਨੂੰ ਅੱਡ। ਸਰਪੰਚ ਸਾਹਿਬ ਤੁਸੀਂ ਐ ਕਰੋ, ਦੋ ਕਿੱਲੇ ਆ ਸਾਡੇ ਕੋਲੇ, ਇੱਕ ਇੱਕ ਕਿੱਲਾ ਕਰ ਦੋ ਤੇ ਬਾਕੀ ਘਰ ਦਾ ਹੀ ਹਿੱਸਾ ਵੰਡ ਦੋ। ਤੂੰ ਮੇਰੀ ਗੱਲ ਸੁਣ, ਉਹ ਤਾਂ ਜਦੋਂ ਮਰਜ਼ੀ ਗੱਲ ਆ, ਮੈਨੂੰ ਤਾਂ ਐਂ ਸੀ ਜੇ ਕਹਿੰਦੇ ਹੁੰਦੇ ਜੇ ਇਕੱਠੇ ਰਹਿ ਜਾਂਦੇ, ਇਹ ਤਾਂ ਮਿੰਟ ਲੱਗਦਾ ਕੰਮ ਆ, ਇਹ ਤਾਂ 2 ਮਿੰਟਾਂ ਦੇ ਕੰਮ ਆ ਵੰਡੇ। ਸਰਪੰਚ ਸਾਹਿਬ ਨਹੀਂ ਇਕੱਠੇ ਰਹਿ ਸਕਦੇ ਹੁਣ ਅਸੀਂ। ਹਾਂਜੀ ਪਤਾ ਹੀ ਆ ਜਦੋਂ ਬਗਾਨੀਆਂ ਹੁੰਦੀਆਂ ਨਾ। ਤੁਸੀਂ ਮੈਨੂੰ ਐਂ ਦੱਸੋ ਇੱਕ ਮਿੰਟ, ਇਹ ਤਾਂ ਅੱਡ ਹੋਣ ਵਾਲੀ ਗੱਲ ਕੀਤੀ ਆ, ਹਿੱਸੇ ਅੱਡ ਕੋਈ ਗੱਲ ਹੀ ਨਹੀਂ ਹੋਈ, ਕਦੋਂ ਹਿੱਸਾ ਭਾਲਦੀ ਹੈ ਇਹ? ਭਾਬੀ ਫਿਰ ਹਿੱਸੇ ਤਾਂ ਹੋਣਗੇ, ਕਿਉਂ ਤਾਂ 2 ਹੀ ਪੈਣ। ਵਿਆਹ ਕੀ ਆਈਆਂ ਮੈਂ ਇੱਥੇ, ਜੇ ਨਿਕਲ ਗਈ ਨਹੀਂ ਹੈਗੀ, ਹਿੱਸਾ ਤਾਂ ਮੈਂ ਲੈ ਕੇ ਰਹੂੰਗੀ। ਉਹ ਭਾਈ ਤੁਸੀਂ ਕਿਉਂ ਬੋਲੀ ਜਾਂਦੇ ਹੋ, ਮੈਂ ਕਾਹਦੇ ਵਾਸਤੇ ਆਇਆ? ਪੰਚਾਇਤ ਦੀ ਸ਼ਰਮ ਮੰਨ ਲਈ ਦੀ ਹੁੰਦੀ ਹੈ ਜਦੋਂ ਆ ਜਾਏਗਾ ਵੱਡਾ ਬੰਦਾ ਬੈਠਾ ਹੈ। ਭਾਈ ਮੇਰੀ ਗੱਲ ਸੁਣੋ, ਹੁਣ 2 ਭਰਾ ਗਏ, ਕੋਈ ਵੀ ਚੀਜ਼ ਆ ਉਹ ਤਾਂ ਦੁੱਧ ਹੋ ਫੁੱਲ ਨੂੰ ਵੀ ਪਤਾ, ਕਹਿਣ ਦੀ ਕੀ ਲੋੜ ਇਹਦੇ 'ਚ। ਜਿਹੜਾ ਆਪਣੇ ਕੋਲ ਜ਼ਮੀਨ ਜਾਇਦਾਦ ਹੈ, ਇਹ ਤਾਂ ਜਦੋਂ ਸਕੇ ਭਰਾ ਕੇ ਦੋਨਾਂ ਨੂੰ ਅੱਧਾ ਅੱਧਾ ਆਊਗੀ ਆਊਗਾ, ਜੇ ਕੋਈ ਹੋਰ ਆਪਣੇ ਕੋਲ ਪਸ਼ੂ ਢਾਂਡਾ ਜੇ 4 ਹੋਊਗੀ, 2-2 ਹੋ ਜਾਣਗੇ, ਕੋਈ ਚੀਜ਼ ਜਿਹੜਾ ਅੱਧ ਤਾਂ ਆਊਗੀ ਆਊਗਾ। ਤਾਂ ਹੀ ਤੁਹਾਨੂੰ ਕਹਿਣਾ ਗਾ ਜਿਹੜਾ ਇਕੱਠਾ ਕੰਮ ਹੁੰਦਾ ਏਕਤਾ ਨਾਲ ਦੀ ਕੋਈ ਚੀਜ਼ ਨਹੀਂ। ਹਜੇ ਵੀ ਸੋਚ ਲਓ, ਇਸੇ ਕਰਕੇ ਤਾਂ ਇਹ ਲੜਦੀ ਆ, ਇਹਨੂੰ ਅਸੀਂ ਆ ਵੀ ਜ਼ਮੀਨ ਜੂਣ ਅਸੀਂ ਲੈ ਜਾਈਏ, ਇੱਕ ਤਾਂ ਲਵਾਂਗੇ। ਚੁੱਪ ਕਰ, ਚੱਲ ਭਾਈ ਕੋਈ ਗੱਲ ਨਹੀਂ, ਮੈਨੂੰ ਪਤਾ ਲੱਗ ਗਿਆ ਤੁਸੀਂ ਨਹੀਂ ਰਹਿ ਸਕਦੇ। ਤੁਸੀਂ ਨਿਮੇੜੋ ਜੀ, 2 ਕਿੱਲੇ ਆ ਘਰ ਹੈ, ਟਰੈਕਟਰ ਟਰਾਲੀ ਆ, ਜਿਵੇਂ ਤੁਹਾਨੂੰ ਠੀਕ ਲੱਗਦਾ ਨਿਮੇੜ ਦੋ, ਆਪਾਂ ਨੂੰ ਮਨਜ਼ੂਰ ਆ। ਉਹ ਬਸ ਤੁਹਾਡੀ ਦੋਨਾਂ ਭਰਾਵਾਂ 'ਚ ਕੋਈ ਫਰਕ ਨਹੀਂ, ਸਾਡਾ ਤਾਂ ਕੋਈ ਫਰਕ ਨਹੀਂ। ਬਸ ਫਿਰ ਤੁਸੀਂ ਇਹ ਕਰਨਾ ਗਾ, ਇਹਨਾਂ ਨੇ ਕਰਨਾ, 2 ਕਿੱਲੇ ਆ, ਇੱਕ ਇੱਕ ਕਰ ਲਓ, ਠੀਕ ਹੈ? ਰੋਟੀ ਪਕਾ ਲਿਆ ਕਰਨੀ ਆ, ਕਲੇਸ਼ ਮੁੱਕ ਜੂ ਘਰ ਚੋਂ। ਹੋਰ ਕੀ ਹੈ ਜੀ, ਤੁਸੀਂ ਐਂ ਕਰ ਲਓ, 2 ਮਹੀਨੇ ਅੱਡ ਰਹਿ ਕੇ ਦੇਖ ਲਓ, ਜੇ ਕੋਈ ਤੁਹਾਡਾ ਬਾਹਲਾ ਫਾਇਦਾ ਹੁੰਦਾ, ਪਰ ਇੱਕ ਗੱਲ ਜ਼ਰੂਰ ਆ, ਬਾਅਦ ਤੁਸੀਂ ਪਛਤਾਓਗੇ। ਮੈਂ ਤਾਂ ਕਹੀ ਜਾਂਦਾ ਸਰਪੰਚ ਸਾਹਿਬ, ਪਰ ਇਹ ਮੰਨਣ ਤਾਂ ਫੇਰ ਹੀ ਹੈ, ਇਹ ਤਾਂ ਮੰਨਦੀਆਂ ਨੀ। ਇਹਨਾਂ ਨੂੰ ਕਿੰਨੇ ਵਾਰੀ ਕਹਿੰਦਾ ਸਰਪੰਚ ਸਾਹਿਬ ਵੀ ਨਾ ਕਲੇਸ਼ ਦਾ ਮੂੰਹ ਕਾਲਾ ਹੁੰਦਾ, ਪਰ ਨਹੀਂ ਸਮਝਦੀਆਂ ਇਹ। ਇਹਨਾਂ ਦਾ ਤਾਂ ਇੱਟ ਕੁੱਤੇ ਦਾ ਬੈਰ ਆ ਦੋਹਾਂ ਦਾ। ਜੇ ਨਹੀਂ ਸਮਝਦੀਆਂ ਤਾਂ ਹੀ ਹੁਣ ਘਰ ਚ ਕੰਧ ਨਿਕਲੂਗੀ, ਪਰ ਇੱਕ ਗੱਲ ਜ਼ਰੂਰ ਆ ਭਾਈ, ਤੁਸੀਂ ਇੰਨੀ ਕੁ ਮੇਰੀ ਵੀ ਮੰਨ ਲਓ, ਜੇ ਤੁਸੀਂ ਘਰ ਚ ਕੰਧ ਨਾ ਕੱਢੋਗੇ ਨਾ, ਬਾਲੇ ਵਧੇਰੇ ਜੋ, ਜੇ ਆਟੋ ਹੋਣਾ ਤੁਸੀਂ ਐਸ ਨੋਟ ਹੀ ਹੋ ਜਾਓ। ਹੁਣ ਦੱਸ ਦੋ ਕੰਧ ਕੱਢਣੀ ਹੈ ਕਿ ਕਿਵੇਂ? ਕੰਧ ਨੂੰ ਤਾਂ ਭਾਈ ਮੈਂ ਕਹਿੰਦੀ ਨਹੀਂ, ਦੇਖ ਲਓ ਠੀਕ ਆ, ਇਹਨੂੰ ਪੁੱਛ ਲਾ, ਮੈਂ ਤਾਂ ਕਹਿੰਦੀ ਬਸ ਰੋਟੀ ਪਾਣੀ ਅੱਧਾ ਅੱਡ ਕਰ ਦਾ ਬਸ। ਨਾ ਨਾ ਇਹੀ ਗੱਲ ਰੋਣਾ ਇਹਨੂੰ, ਨਾ 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 ਨਾ, ਅਸੀਂ ਤਾਂ ਕੰਧ ਕੱਢਣੀ ਆ, ਮੈਨੂੰ ਤਾਂ ਇਹ ਵਾਰੀ ਵਾਰੀ ਲੜਦੀ ਆ, ਸਵੇਰੇ ਸਵੇਰੇ ਮੇਰੇ ਮੱਥੇ ਲੱਗੂਗੀ, ਮੇਰਾ ਤਾਂ ਸਾਰਾ ਦਿਨ ਦਾ ਵੇੜਾ ਗਰਕ ਹੋ ਜਾਂਦਾ, ਮੈਂ ਨਹੀਂ ਦੇਖਣਾ ਚਾਹੁੰਦੀ। ਕੰਧ ਕੱਢੋ ਬਸ। ਉਹ ਭਾਈ ਆਹ ਗੱਲਾਂ ਕਰਕੇ ਆਪਾਂ ਕਹਿੰਦੇ ਹੁੰਦੇ ਆ ਦੂਰ ਹੋ ਜਾਂਦੇ ਨੇ ਆ। ਇੱਕ ਵਾਰੀ ਆਪਾਂ ਕੰਧ ਨੀ ਕੱਢਦੇ, ਜੇ ਫੇਰ ਵੀ ਨਾ ਡਿੱਗੀਆਂ ਕੰਧ ਤਾਂ ਜਦੋਂ ਮਰਜ਼ੀ ਕੱਢ ਲਾ। ਠੀਕ ਆ ਸਰਪੰਚ ਸਾਹਿਬ, ਜਿਵੇਂ ਤੁਸੀਂ ਤੁਸੀਂ ਐਂ ਕਰੋ ਜੀ, ਕਿਹੜਾ ਜਿਹੜਾ ਭਾਂਡਾ ਢੂੰਡਾ ਜਿਹੜਾ ਤੁਸੀਂ ਸਾਡਾ ਕੱਢਣਾ ਅੱਡ ਉੱਡ ਕਰਨਾ ਕਰ ਦੋ ਜੀ, ਠੀਕ ਹੈ? ਜਦੋਂ ਇਹਨੂੰ ਪੁੱਛ ਲਓ, ਸਲਾਹ ਕਰ ਲੈਣੇ ਆਪਸ ਜੋੜੀ, ਜੇ ਤਾਂ ਇਹ ਕੰਧ ਕੱਢਣ ਨੂੰ ਕਹਿੰਦੇ ਕੱਲ ਨੂੰ ਆ ਕੇ ਸਾਡੀ ਕੰਧ ਵੀ ਕਢਾ ਜੀ। ਉਹ ਤਾਂ ਭਾਈ ਉਹਦੇ ਨਿਕਲ ਜੂ, ਕੰਧ ਦਾ ਕੀ ਆ, ਇਹਨਾਂ ਦੇ ਆ ਕੰਧੇ ਠੀਕ ਆ। ਹੁਣ ਨੋਟ ਕਰੋ ਭਾਈ ਸਾਡਾ ਕਲੇਸ਼ ਇਹ ਨਹੀਂ ਮੁੱਕਦਾ, ਬੰਨੇ ਬੜ ਗਿਆ ਭਾਬੀ, ਹਿੱਪੜ ਗਿਆ, ਤੁਸੀਂ ਕਹੋਗੇ ਉਵੇਂ ਹੋ ਜੂਗਾ, ਠੀਕ ਹੈ? ਆ ਦੇਖ ਆ ਤੁਹਾਡਾ ਨਿਮੇੜ ਜਾਨਾਗਾ, ਠੀਕ ਹੈ? ਗੱਲ ਰਹੀ ਗੱਲ ਕੰਧ ਦੀ, ਜੇ ਟਿਕ ਗਿਆ ਠੀਕ ਆ, ਜੇ ਨਾ ਟਿਕ ਗਿਆ ਭਾਈ ਇੱਟ ਮੰਗਾ ਲਿਓ, ਕੰਧ ਤਾਂ ਜਦੋਂ ਮਰਜ਼ੀ ਕਰ। ਰਸੋਈ ਦੀ ਗੱਲ ਹੈ, ਰਸੋਈ ਆਪਾਂ ਉੱਪਰ ਪਾ ਦਿੰਦੇ ਇੱਕ ਜੀ, ਬਸ ਇੱਕ ਪਾ ਲਓ, ਇੱਕ ਤੁਹਾਡੇ ਕੋਲ ਇੱਕ ਹੈਗੀ, ਕਿਉਂ ਫਿਰ ਮੈਂ ਲੜਾਈ ਕੀਤੀ ਹੈ? ਕੰਮ ਤਾਂ ਪਹਿਲਾਂ ਵੀ ਉਹੀ ਕਰਦੇ, ਹੁਣ ਕਰਨੇ ਕੋਈ ਹੈ ਤਾਂ ਹੁਣ ਜਦੋਂ ਫਿਰ ਤੁਹਾਨੂੰ ਪਤਾ ਹੀ ਆ ਬਗਾਨੀਆਂ ਆ ਜਾਂਦੀਆਂ ਤਾਂ ਸਭ ਕੁਝ ਕਰਨਾ ਪੈਂਦਾ। ਚਲੋ ਤੁਸੀਂ ਆ ਜਾਓ, ਆ ਜ਼ਮੀਨ ਦਾ ਤੁਹਾਡਾ ਨਿਬੜੇ ਭਾਈ, 2 ਕਿੱਲਾ ਕਿੱਲਾ ਕੱਲਾ ਕਰ ਲਓ, ਠੀਕ ਹੈ? ਕੋਈ ਗੱਲ ਨਹੀਂ, ਤੇ ਦੂਜਾ ਆਪਣਾ ਹੈਗਾ ਜਿਹੜੇ ਭਾਂਡੇ ਭਾਈ ਤੁਹਾਡੇ, ਇਹ ਵੀ ਵੰਡ ਦੇ, ਇਹ ਵੀ ਵੰਡ ਦਿਓ, ਕਿਉਂ ਮਾੜੀ ਖਾਤੀ ਰੌਲਾ ਭਾਈ, ਆਹ ਗਲਾਸ ਮੈਨੂੰ ਵੱਧਦਾ ਘਾਟਾ ਗਾ, ਸਾਰਾ ਕੁਝ ਇੱਥੇ ਰਹਿ ਜੂਗਾ, ਇੱਥੇ ਫਰਕ ਨਹੀਂ ਪੈਂਦਾ ਹੁੰਦਾ। ਚਲੋ ਕੋਈ ਨਹੀਂ ਸਰਪੰਚ ਸਾਹਿਬ, ਜਿਵੇਂ ਕਹਿੰਦੀਆਂ ਕਰ ਦਿਓ, ਆਪੇ ਇਹਨਾਂ ਨੂੰ ਅਕਲ ਆ ਜੂਗੀ ਕੋਈ ਨਹੀਂ, 2 ਮਹੀਨਿਆਂ ਤੱਕ ਜਦੋਂ ਸਰਿਆ ਨਾ ਇੱਕ ਦੂਜੇ ਬਿਨਾ। ਆਪਾਂ ਤਾਂ ਇਹੀ ਗੱਲ ਕਹਿੰਦੇ ਭਾਈ, ਏਕਤਾ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ, ਵੱਡੀ ਗੱਲ ਤੇ ਹੁੰਦੀ। ਚਲੋ ਹੁਣ ਆਇਓ ਸਰਪੰਚ ਸਾਹਿਬ ਵਾਸਤੇ ਨਾ ਚਾਹ ਚੂ ਬਣਾ ਦਿਓ। ਬਸ ਚਾਹ ਨੂੰ ਕੀ ਭਾਈ, ਪਹਿਲਾਂ ਮੈਂ ਭਾਂਡੇ ਵੰਡ ਦੇਣਾ ਤੁਹਾਡੇ। ਆ ਜਾਓ ਸਰਪੰਚ ਸਾਹਿਬ, ਮੇਰਾ ਕੰਮ ਹੋਰ ਕੀ ਹੈ।
7 ਲੱਖ ਹੀ ਮੁੱਲ ਪਿਆ ਬਸ ਆਪਣੇ ਘਰ ਦਾ। ਜਦੋਂ ਕੋਈ ਮਜਬੂਰੀ 'ਚ ਕੁਛ ਵੇਚੇ ਨਾ ਤਾਂ ਲੋਕ ਵੀ ਫਾਇਦਾ ਚੱਕਦੇ ਨੇ, ਜਦੋਂ ਤੁਹਾਡੀ ਦੋਹਾਂ ਦੀ ਬਣਦੀ ਨਹੀਂ ਫਿਰ ਆਪਾਂ ਘਰ ਵੇਚ ਦਿੰਦੇ ਆ, ਕੀ ਕਰਨਾ ਰੱਖ ਕੇ? ਉਹੀ ਤਾਂ ਮੈਂ ਸੋਚੀ ਜਾਂਦੀ ਹਾਂ ਵੀ ਹੁਣ ਮੈਂ ਕੀ ਕਰਦੀ, ਇਹੀ ਨਹੀਂ ਮੇਰੇ ਨਾਲ ਬਣਾ ਕੇ ਰਾਜੀ। ਮੈਂ ਤਾਂ ਬਥੇਰਾ ਕਹਿੰਦੀ ਸੀ, ਬਥੇਰਾ ਸਮਝਾਇਆ, ਹੁਣ ਲੋਕ ਤਾਂ ਫਾਇਦਾ ਚੱਕਣਗੇ, ਪਰ ਮੈਂ ਕਹਿੰਦੀ ਸੀਗੀ ਜੇ ਆਪਾਂ ਘਰ ਵੇਚਦਾ ਫਿਰ ਆਪਣਾ ਬਣੂੰਗਾ ਕੀ, ਕਿਉਂਕਿ ਆਪਣੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਵੀ ਆਪਾਂ ਦੂਜਾ ਘਰ ਬਣਾ ਲਈਏ, ਤਾਂ ਇੰਨੀ ਜ਼ਮੀਨ ਵੀ ਨਹੀਂ, ਜੇ ਜ਼ਮੀਨ ਵੇਚਦੇ ਹਾਂ ਮੁੜ ਕੇ ਆਪਣੇ ਪੱਲੇ ਨਹੀਂ ਕੱਖ ਰਹਿਣਾ। ਹੁਣ ਤਾਂ ਇਹ ਘਰ ਵੇਖ ਕੇ ਰਹੂਗਾ, ਹੁਣ ਜਿੱਥੇ ਅਸੀਂ ਰਹਾਂਗੇ ਉੱਥੇ ਤੁਸੀਂ ਰਹੀ ਜਾਂਦੇ ਹੋ। ਟੈਨਸ਼ਨ ਵੀ ਪਈ ਹੈ ਸੱਚੀ, ਮੈਨੂੰ ਤਾਂ ਬਾਹਲੀ ਜ਼ਿਆਦਾ ਵੀ ਬਣੂਗਾ ਕੀ ਹੁਣ ਸਾਡਾ। ਨਾ ਹੁਣ ਇੱਥੇ ਬੈਠੀ ਕੀ ਸੋਚੀ ਜਾਂਦੀ ਆ, ਜਿਹੜਾ ਕੁਛ ਤੂੰ ਚਾਹੁੰਦੀ ਸੀ ਉਹ ਕੁਛ ਤਾਂ ਹੋ ਗਿਆ ਹੁਣ। ਕੁਛ ਨੀ ਬਸ, ਮੈਂ ਤਾਂ ਇਹ ਸੋਚਦੀ ਸੀ ਵੀ ਜੇ ਆਪਾਂ ਆਹ ਘਰ ਵੇਚਦਾ ਫਿਰ ਆਪਾਂ ਰਹਾਂਗੇ ਕਿੱਥੇ, ਤੇ ਹੈ ਵੀ 1 ਕਿੱਲਾ, ਜੇ ਆਪਾਂ ਉਹ ਵੇਚਦਾ ਫਿਰ ਖਾਵਾਂਗੇ ਕੀ। ਜੇ ਰਲ ਕੇ ਰਹਿੰਦੀਆਂ ਨਾ ਤਾਂ ਸਭ ਕੁਛ ਹੋ ਜਾਂਦਾ। ਮੇਰੀ ਗੱਲ ਸੁਣ ਲਾ, ਹੁਣ ਅਸੀਂ ਜਿੱਥੇ ਰਹਾਂਗੇ ਨਾ ਤੁਹਾਨੂੰ ਵੀ ਉੱਥੇ ਹੀ ਰਹਿਣਾ ਪਊ, ਚਾਹੇ ਜਿਹੋ ਜਿਹਾ ਮਰਜ਼ੀ ਘਰ ਹੋਵੇ, ਠੀਕ ਆ? ਘਰ ਦਾ ਮੁੱਲ ਤਾਂ ਤੈਨੂੰ ਪਤਾ ਪੈ ਹੀ ਗਿਆ, ਘਰ ਤਾਂ ਆਪਾਂ ਨੂੰ ਛੱਡਣਾ ਹੀ ਪਊਗਾ। ਹੁਣ 5-7 ਲੱਖ ਨਾਲ ਨਾ ਘਰ ਨਹੀਂ ਪੈਂਦੇ ਹੁੰਦੇ, ਤੇ 1 ਕਿੱਲਾ ਜ਼ਮੀਨ ਆ, ਵੇਚ ਕੇ ਕੀ ਕਰਾਂਗੇ, ਉਹੀ ਖੇਤੀ ਕਰਦੇ ਆ 1 ਕਿੱਲੇ 'ਚ, ਕਰ ਲਿਓ ਜਿਹੜਾ ਕੁਛ ਹੁੰਦਾ। ਚੰਗਾ ਭਾਰਾ ਨਾਲੇ ਕਿਹਾ ਸੀ ਵੀ ਭਾਈ ਰਲ ਕੇ ਰਹੋ, ਨਾ ਲੜੋ ਨਾ ਲੜੋ, ਉਦੋਂ ਤਾਂ ਤੁਸੀਂ ਕਿਸੇ ਗੰਜਰ ਦੀ ਮੰਨੀ ਨਹੀਂ ਨਾ। ਚੱਲ ਕੋਈ ਨੀ, ਤੁਸੀਂ ਕਹਿ ਦੋ ਵੀ ਘਰ ਨਹੀਂ ਵੇਚਦੇ। ਵੇਚਦੇ ਮੈਂ ਨਹੀਂ ਕਹਿ ਸਕਦਾ, ਹੁਣ ਤਾਂ ਜਾਣਾ ਹੀ ਪਊ, ਜਿੱਥੇ ਜਾਣਾ ਆਪਾਂ, ਘਰ ਤਾਂ ਵੇਖ ਹੀ ਰਹੂਗਾ ਹੁਣ। ਹਾਏ ਹੁਣ ਮੈਂ ਕੀ ਕਰਾਂ, ਕੋਈ ਤਾਂ ਰਸਤਾ ਲੱਭਣਾ ਹੀ ਪਊਗਾ, ਇਹ ਘਰ ਨਹੀਂ ਵਿਕਣ ਦੇਣਾ, ਜੇ ਘਰ ਵਿਕ ਗਿਆ ਫਿਰ ਅਸੀਂ ਰਹਾਂਗੇ ਕਿੱਥੇ। ਦੀਦੀ ਪੈਰ ਪਰੇ ਕਰ ਲਓ ਤੁਸੀਂ, ਮੈਂ ਝਾੜੂ ਕੱਢਦਾ। ਝਾੜੂ ਦੀ ਵਾਰੀ ਤਾਂ ਮੇਰੀ ਵਾਲੇ ਫੜਾ, ਝਾੜੂ ਮੈਂ ਲਾਵਾਂ, ਤੂੰ ਕਾਹ ਤੂੰ ਮਗਰ ਮਗਰ ਫਿਰਦੀ ਆ ਹੁਣ। ਲੈ ਕੋਈ ਨੀ ਮੈਂ ਲਾ ਦਿੰਦੀ ਹਾਂ, ਦੀਦੀ ਛੱਡੋ ਤੁਸੀਂ, ਤੁਸੀਂ ਕੋਈ ਨੀ ਬਹਿ ਜਾਓ ਉੱਧਰ ਜਾ ਕੇ। ਲੈ ਕੀ ਹੋ ਗਿਆ ਅੱਜ ਤੈਨੂੰ? ਅੱਗੇ ਨਾ ਪਿੱਛੇ ਤੈਨੂੰ ਪਤਾ ਹੀ ਹੈ ਝਾੜੂ ਤਾਂ ਮੈਂ ਹੀ ਲਾਉਣਾ ਤੇ ਮੈਂ ਹੀ ਲਾਉਂਗੀ। ਕੋਈ ਨੀ ਦੀਦੀ, ਪਹਿਲਾਂ ਬਥੇਰੀਆਂ ਆਪਾਂ ਵਾਰੀਆਂ ਬੰਨ ਲਈਆਂ, ਕੋਈ ਨੀ ਹੁਣ ਮੈਂ ਲਾ ਦੂੰਗੀ, ਆਪੇ ਕੰਮ ਕਰ ਲਿਆ ਕਰੂੰ ਨਾਲ ਮੈਂ। ਮੈਨੂੰ ਤਾਂ ਲੱਗਦਾ ਨੀ ਵੀ ਤੂੰ ਕਿਤੇ ਪਿਆਰ ਨਾਲ ਇੱਥੇ ਝਾੜੂ ਲਾਉਣ ਆਈ ਆ, ਪੱਕਾ ਤੈਨੂੰ ਕੋਈ ਮਤਲਬ ਹੋਊਗਾ, ਤਾਂ ਹੀ ਆਈ ਆ ਤੂੰ, ਕਿ ਨਹੀਂ ਗੱਲ? ਹਾਂ ਦੀਦੀ ਹੈ ਤਾਂ ਮੈਨੂੰ ਕੋਈ ਮਤਲਬ ਹੀ, ਪਰ ਹਾਂ ਜਿਹੜੇ ਮਤਲਬ ਨਾਲ ਮੈਂ ਆਈ ਹਾਂ ਨਾ ਉਹਦੇ ਨਾਲ ਤੁਸੀਂ ਮੈਨੂੰ ਮਤਲਬ ਹੀ ਨਹੀਂ ਕਹੋਗੇ, ਕਿਉਂਕਿ ਉਹ ਕੰਮ 'ਚ ਤੁਸੀਂ ਵੀ ਮੇਰਾ ਸਾਥ ਦੇ ਦਿਓ। ਦੱਸ ਫਿਰ ਕੰਮ ਕੀ ਆ? ਟੈਨਸ਼ਨ ਵੀ ਦੂਰ ਹੋ ਜੂਗੀ ਦੀਦੀ, ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਜੇ ਇਹ ਘਰ ਵਿਕ ਗਿਆ ਆਪਾਂ ਰਹਾਂਗੇ ਕਿੱਥੇ, ਤੁਸੀਂ ਵੀਰੇ ਨਾਲ ਗੱਲ ਕਰ ਲਓ ਨਾ, ਕਹਿ ਦਿਓ ਉਹਨਾਂ ਨੂੰ ਵੀ ਇਹ ਘਰ ਨਾ ਵੇਚਣ। ਇਹ ਗੱਲ ਤਾਂ ਮੈਂ ਕਦੋਂ ਦੀ ਸੋਚੀ ਜਾਂਦੀ ਹਾਂ, ਜੇ ਘਰ ਵਿਕ ਗਿਆ ਨਾ ਇਕੱਲੀ ਮੈਂ ਜਾਂ ਤੂੰ ਨਹੀਂ, ਦੋਨੋਂ ਪਰਿਵਾਰ ਬਰਬਾਦ ਹੋ ਜਾਣਗੇ। ਤੈਨੂੰ ਪਤਾ ਵੀ ਹੈ ਗਾਹਾਂ ਆਪਣੀ ਜ਼ਮੀਨ ਕਿੰਨੀ ਕਾ, ਤੈਨੂੰ ਤਾਂ ਮੈਂ ਬਥੇਰਾ ਸਮਝਾਉਂਦੀ ਰਹੀ, ਜੇ ਮੈਂ ਪਹਿਲਾਂ ਇਸ ਘਰ ਦੇ ਵਿੱਚ ਵਿਆਹ ਕੇ ਆਈ ਸੀ ਤਾਂ ਤੂੰ ਘੱਟੋ ਘੱਟ ਮੇਰੀ ਗੱਲ ਤਾਂ ਸਮਝਦੀ, ਮੈਂ ਕਿਸੇ ਗੱਲ ਪਿੱਛੇ ਤੈਨੂੰ ਟੋਕਦੀ ਰਹਿੰਦੀ ਸੀ, ਪਰ ਨਾ ਤੂੰ ਤਾਂ ਮੇਰੀ ਇੱਕ ਨਹੀਂ ਸੀ ਮੰਨਦੀ, ਚੜ ਚੜ ਸਗੋਂ ਮੈਨੂੰ ਐਂ ਬੋਲਦੀ ਸੀਗੀ। ਹੁਣ ਤੈਨੂੰ ਲੱਗ ਗਿਆ ਪਤਾ, ਹੁਣ ਦੱਸ ਇਹਨਾਂ ਨੂੰ ਕਿਵੇਂ ਸਮਝਾਈਏ, ਉਹਦੇ ਵੀ ਤੂੰ ਹਟੀ ਨਹੀਂ, ਜੇ ਸਰਪੰਚ ਦੇ ਸਾਹਮਣੇ ਚੁੱਪ ਕਰ ਜਾਂਦੀ ਖੋਰੇ ਖਾਵੇ ਕੋਈ ਗੱਲ ਨਹੀਂ ਸਮਝਾ ਜਾਂਦਾ, ਉਹ ਥੋੜਾ ਟਾਈਮ ਪਾ ਜਾਂਦਾ ਉਦੋਂ ਨੂੰ ਕੀ ਪਤਾ ਆਪਣੀ ਗੱਲ ਬਣ ਜਾਂਦੀ, ਪਰ ਤੂੰ ਤਾਂ ਹਟੀ ਨਹੀਂ, ਤੂੰ ਤੁਹਾਨੂੰ ਕਿਹਾ ਵੀ ਅੱਜ ਹੀ ਕੰਧ ਕਰ ਜਾਓ, ਅੱਜ ਹੀ ਸਾਰਾ ਕੁਛ ਬਟਵਾਰਾ ਸਾਡਾ ਕਰ ਜਾਓ। ਚੱਲ ਦੀਦੀ ਮੇਰੇ ਤੋਂ ਤਾਂ ਗਲਤੀ ਹੋ ਗਈ। ਨਾ ਕੀ ਗੱਲ ਆ ਗਈ ਤੁਹਾਨੂੰ ਸਮਝ,
ਵੀ ਤੁਹਾਡੇ ਇਸ ਚੱਕਰ 'ਚ ਨਾ ਤੁਸੀਂ ਬੇਘਰ ਹੋ ਜਾਣਾ। ਬੋਲੋ ਹੁਣ। ਬੇਘਰ ਤਾਂ ਅਸੀਂ ਹੋ ਹੀ ਜਾਣਾ, ਪਰ ਕੀ ਦੱਸੀਏ ਅਨਮੋਲ, ਸਾਨੂੰ ਤਾਂ ਜਾ ਕੇ ਹੁਣ ਸੱਚੀ ਸਮਝ ਆਈ ਆ ਵੀ ਸਾਡੀ ਇਸ ਲੜਾਈ ਨੇ, ਸਾਡੇ ਇਸ ਕਲੇਸ਼ ਨੇ ਨਾ ਸਾਡਾ ਸਾਰਾ ਘਰ ਬਰਬਾਦ ਕਰਤਾ। ਲੜਾਈ ਸਾਡੀ ਦੋਨਾਂ ਦੀ ਸੀ ਤੇ ਸਾਡੇ ਕਰਕੇ ਤੁਹਾਨੂੰ ਵੀ ਵਿਚਾਰਿਆਂ ਨੂੰ। ਮੈਂ ਤਾਂ ਤੁਹਾਨੂੰ ਬਥੇਰਾ ਸਮਝਾਉਂਦਾ ਸੀ, ਪਰ ਤੁਸੀਂ, ਤੁਹਾਨੂੰ ਤਾਂ ਅੱਡ ਹੋਣ ਦਾ ਚਾਅ ਸੀ ਨਾ, ਹੁਣ ਹੋ ਜਾਓ ਅੱਡ। ਨਹੀਂ ਨਹੀਂ, ਵੇਚ ਦਿੰਦੇ ਆ ਘਰ। ਨਹੀਂ ਨਹੀਂ, ਘਰ ਕਿਉਂ ਵੇਚਣਾ ਗਾ, ਇੱਥੇ ਰਵਾਂਗੇ ਨਾ ਆਪਾਂ। ਤੁਹਾਨੂੰ ਚਾਅ ਸੀ, ਸਾਨੂੰ ਨਹੀਂ ਸੀ ਚਾਅ। ਤੁਸੀਂ ਕਿਹਾ ਸੀ ਵੀ ਅਸੀਂ ਅੱਡ ਹੋਣਾ ਇੱਕ ਦੂਜੇ ਤੋਂ, ਹੋ ਜਾਓ ਅੱਡ। ਘਰ ਤਾਂ ਹੁਣ ਬਸ ਇੱਕ ਅੱਧੇ ਦਿਨ ਚ ਵੇਖ ਹੀ ਜਾਣਾ। ਨਹੀਂ ਨਹੀਂ ਨਹੀਂ, ਦੇਖ ਅਨਮੋਲ, ਹਜੇ ਵੀ ਸਭ ਕੁਛ ਤੁਹਾਡੇ ਹੱਥ ਚ ਹੀ ਆ, ਹਨਾ। ਤੁਸੀਂ ਕਿਹੜੇ ਬੰਦੇ ਨਾਲ ਗੱਲ ਕਰੋ ਦੁਬਾਰਾ, ਕਹਿ ਭਾਈ ਅਸੀਂ ਨੀ ਆਪਦਾ ਘਰ ਵੇਚਦੇ। ਮੈਂ ਕਿਉਂ ਗੱਲ ਕਰਾਂ, ਤੁਸੀਂ ਤਾਂ ਕਿਹਾ ਸੀ, ਸਰਪੰਚ ਇੱਥੇ ਬੈਠਾ ਸੀ ਨਾ, ਸਰਪੰਚ ਨੂੰ ਵੀ ਕਿਹਾ ਸੀ ਵੀ ਇਸ ਤਾਂ ਕੰਧ ਕੱਢਣੀ ਹੈ, ਘਰ ਵੇਚ ਦੋ, ਫਲਾਨਾ ਕਰ ਦੋ, ਜ਼ਮੀਨ ਵੇਚ ਦੋ। ਤੇ ਹੁਣ ਸਾਡੇ ਤਾਂ ਨਿਆਣੀ ਮੱਤ ਸੀ ਜੀ, ਗਲਤੀ ਹੋ ਗਈ ਨਾ। ਤੁਹਾਡੀ ਨਿਆਣੀ ਮੱਤ ਹੋ ਗਈ, ਤੁਸੀਂ ਜਵਾਬ ਨਹੀਂ ਹੋ। ਚੱਲ ਮੇਰੀ ਗੱਲ ਸੁਣ, ਕੇਰਾ ਕੋਈ ਨੀ, ਬਸ ਤਾਂ ਸਰਪੰਚ ਸਾਹਿਬ ਦੇ ਅੱਗੇ ਵੀ ਹੱਥ ਜੋੜ ਦਾਂਗੇ ਵੀ ਭਾਈ ਸਾਡੀਆਂ ਗੱਲਾਂ ਵਾਪਸ ਲੈ ਲਾ, ਅਸੀਂ ਤਾਂ ਰਲ ਮਿਲ ਕੇ ਰਹਿ ਲਾਂਗੇ। ਚੱਲ ਠੀਕ ਹੈ, ਅਸੀਂ ਆਪਦਾ ਘਰ ਨਹੀਂ ਵੇਚਦੀਆਂ। ਮੈਂ ਤੁਹਾਡੀ ਗੱਲ ਕਿਵੇਂ ਮੰਨ ਲਾਂ ਵੀ ਤੁਸੀਂ ਸੱਚ ਬੋਲਦੀ ਹੋ ਵੀ ਰਲ ਮਿਲ ਕੇ ਰਹੋਗੀਆਂ, ਕੀ ਸਬੂਤ ਦੇਵੋਗੇ? ਮੈਨੂੰ ਤੁਹਾਡੇ ਸਿਰ ਦੀ ਸੌਣ ਲੱਗੇ, ਮੈਂ ਨੀ ਅੱਜ ਤੋਂ ਬਾਅਦ ਲੜਦੀ ਹੈਗੀ। ਮੈਂ ਤਾਂ ਆਪ ਕਹਿਣੀ ਆ, ਜਿੱਦਾਂ ਇਹ ਕਹੂਗੀ ਭਾਈ ਆਪਾਂ ਤਾਂ ਉੱਦਾਂ ਹੀ ਕਰ ਲਾਂਗੇ। ਦੇਖ ਲਓ ਫਿਰ, ਜੇ ਇੱਦੂ ਮੁੜ ਕੇ ਤੁਹਾਡੀ ਕੋਈ ਲਾਂਭਾ ਜਾਂ ਸ਼ਿਕਾਇਤ ਆ ਗਈ ਤਾਂ ਮੈਥੋਂ ਬੁਰਾ ਕੋਈ ਨੀ। ਨਹੀਂ ਨਹੀਂ ਜੀ, ਅੱਜ ਤੋਂ ਬਾਅਦ ਅਸੀਂ ਕੋਈ ਗਲਤੀਆਂ ਨੀ ਕਰਦੀਆਂ ਹੈਗੀਆਂ, ਭੈਣਾਂ ਬਣ ਕੇ ਰਹਾਂਗੇ। ਪੱਕੀ ਗੱਲ? ਹਾਂਜੀ ਸੱਚੀ ਗੱਲ ਅਨਮੋਲ ਤੇਰੀ, ਤੂੰ ਸੱਚ ਕਹਿੰਦਾ ਸੀ ਉਹਦੇ, ਜੇ ਔਰਤ ਘਰ ਦੇ ਵਿੱਚ ਰਹੇ ਆ ਤੇ ਘਰ ਨੂੰ ਸਵਰਗ ਵੀ ਬਣਾ ਸਕਦੀ ਹੈ, ਤੇ ਜੇ ਉਹ ਚਾਹੇ ਤਾਂ ਉਹਨੂੰ ਮਿੰਟਾਂ 'ਚ ਬਰਬਾਦ ਵੀ ਕਰ ਸਕਦੀ ਹੈ। ਮੈਂ ਤਾਂ ਤੁਹਾਨੂੰ ਉਦੋਂ ਹੀ ਕਿਹਾ ਸੀ ਵੀ ਰਲ ਮਿਲ ਕੇ ਰਿਹਾ ਕਰੋ, ਚਾਰ ਤਾਂ ਜੀਆਂ ਘਰੇ, ਕਿਉਂ ਐਵੇਂ ਕਲੇਸ਼ ਕਰਦੇ ਹੋ? ਪਰ ਤੁਸੀਂ, ਤੁਸੀਂ ਤਾਂ ਕਿਸੇ ਕੰਜਰ ਦੀ ਮੰਨੀ ਨੀ, ਪੰਚਾਇਤਾਂ ਵੀ ਕਰਾਤੀਆਂ ਸੀ ਤੁਸੀਂ ਤਾਂ। ਵੇ ਨਾ, ਹੁਣ ਨਾ ਕੁਛ ਬੋਲ, ਅਸੀਂ ਤਾਂ ਆਪਦੇ ਘਰ ਨੂੰ ਨਾ ਸਵਰਗ ਵਰਗਾ ਬਣਾ ਕੇ ਰੱਖਾਂਗੇ, ਇਹ ਕਲੇਸ਼ ਤਾਂ ਅਸੀਂ ਹੁਣ ਸਾਂਝਲਾ ਮਿਟਾਤਾ। ਹੁਣ ਵੀ ਬਸ ਠੀਕ ਹੈ, ਮੈਂ ਟੋਨੀ ਨੂੰ ਕਰਦਾ ਫੋਨ, ਨਾਲੇ ਤਾਂ ਘਰੇ ਆਜੂ, ਖੁਸ਼ਖਬਰੀ ਦੇ ਦੇਣਾ ਕਿ ਉਹਨੂੰ ਡੀਲਰ ਨੂੰ ਕਹਿ ਦੂਗਾ ਵੀ ਅਸੀਂ ਨਹੀਂ ਵੇਚਣਾ ਘਰ। ਬਸ ਭਾਈ ਮਨਾ ਕਰ ਦੇ, ਕਹਿ ਸੀ ਨਹੀਂ ਆਪਦਾ ਘਰ ਵੇਚ ਦੇ। ਬਾਈ ਖੁਸ਼ਖਬਰੀ ਆ, ਫਿਰ ਮੰਨੀਆਂ ਕਹਿੰਦੀ ਘਰ ਨਹੀਂ ਵੇਚਣਾ, ਰਲ ਮਿਲ ਕੇ ਰਹਾਂਗੀਆਂ ਕਹਿੰਦੀਆਂ ਅਸੀਂ। ਹਾਂ ਹਾਂ ਬਾਈ, ਤੂੰ ਉਹਨੂੰ ਕਹਿ ਦੇ ਡੀਲਰ ਨੂੰ ਵੀ ਅਸੀਂ ਨਹੀਂ ਵੇਚਣਾ ਘਰ। ਹਾਂ ਹਾਂ ਘਰੇ ਆ ਜਾ ਬਾਈ, ਠੀਕ ਹੈ। ਲੈ ਚੰਗਾ ਹੋਇਆ, ਚਲ ਤੁਸੀਂ ਐਂ ਕਰੋ, ਬਣਾਓ ਚਾਹ ਪਾਣੀ, ਮੈਂ ਪਕੌੜੇ ਫੜਕੇ ਲਿਆਉਣਾ। ਚੰਗਾ ਚੰਗਾ, ਚਲ ਆ ਜਾ।